ਤੁਸੀਂ ਸਬਸਕ੍ਰਾਈਬ ਕਰੋ ਇਸ MH1 ਕੰਟੀਨੀ ਮੰਡੀਰ ਦੇ ਆਫੀਸ਼ੀਅਲ YouTube ਚੈਨਲ ਨੂੰ, ਬੈਲ ਆਈਕਨ ਨੂੰ ਪ੍ਰੈਸ ਕਰਕੇ ਤੁਹਾਨੂੰ ਸਾਰੀਆਂ ਨੋਟੀਫਿਕੇਸ਼ਨਸ ਮਿਲ ਜਾ ਕਰਨਗੀਆਂ। ਸੋ ਗੋ ਐਂਡ ਸਬਸਕ੍ਰਾਈਬ। ਓ ਮੈਂਡੀ, ਗੋਲੀ ਮਾਰ ਅੰਗਰੇਜ਼ੀ ਦੇ ਪੀਰੀਅਡ ਨੂੰ, ਚੱਲ ਆ ਤੈਨੂੰ ਕੰਟੀਨੀ ਚਾਹ ਪਿਆਵਾਂ। ਰਾਜਪੁਰਾ ਵਿੱਚ ਹੋਏ ਸ਼ੋਅ ਕੰਟੀਨੀ ਮੰਡੀਰ ਦੇ ਦੌਰਾਨ ਫੈਨਸ ਦਾ ਆਪਣੇ ਦੇਸੀ ਸਟਾਰ ਰਵਨੀਤ ਲਈ ਪਿਆਰ ਵੇਖਣ ਵਾਲਾ ਸੀ। ਕੁਝ ਫੈਨਸ ਨੇ ਤੇ ਆਪਣੇ ਫਰੈਂਡਸ ਦੇ ਸਾਹਮਣੇ ਨੰਬਰ ਬਣਾਉਣ ਲਈ ਇਸ ਮੌਕੇ ਦਾ ਪੂਰਾ ਫਾਇਦਾ ਉਠਾਇਆ। ਕ੍ਰੇਜ਼ੀ ਫੈਨਸ ਨੇ ਆਪਣੇ ਦੇਸੀ ਸਟਾਰ ਨੂੰ ਕੁਝ ਇਸ ਕਦਰ ਘੇਰ ਲਿਆ ਕਿ ਸ਼ੂਟਿੰਗ ਸ਼ੁਰੂ ਕਰਵਾਉਣ ਵਾਸਤੇ ਵੀ ਮੈਨੇਜਮੈਂਟ ਨੂੰ ਪੁਲਿਸ ਦੀ ਹੈਲਪ ਲੈਣੀ ਪਈ। MH1 ਦੇ ਕੰਟੀਨੀ ਮੰਡੀ ਤੇ ਦੇਸੀ ਸਟਾਰ ਰਵਨੀਤ ਨੂੰ ਇੰਨਾ ਪਿਆਰ ਦੇਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਰਵਨੀਤ ਵੱਲੋਂ ਲੈ ਕੇ ਹਾਜ਼ਰ ਹੋ ਚੁੱਕਿਆ ਜੀ ਤੁਹਾਡਾ ਆਪਣਾ ਫੇਵਰੇਟ ਸ਼ੋਅ। ਆ ਕੀ ਨਾਂ ਹੈ ਜੀ ਸ਼ੋਅ ਦਾ? ਸਾਰੇ ਨੇ ਸਹੀ ਜਵਾਬ ਦਿੱਤਾ, ਸਾਰਿਆਂ ਨੇ ਜ਼ੋਰਦਾਰ ਤਾੜੀਆਂ। ਸੋ ਕਰਾਊਡ ਬੋਲੋ ਜੀ, ਆਪਾਂ ਗੱਲਬਾਤ ਕਰਦੇ ਹਾਂ, ਤੁਸੀਂ ਆਓ ਜੀ। ਸਤਿ ਸ਼੍ਰੀ ਅਕਾਲ ਜੀ। My name is Niharika. I'm doing MBA. ਮੈਂ ਤਾਂ ਪੁੱਛਿਆ ਨਹੀਂ ਹਜੇ ਕੁਛ। ਆ ਬਾਲ ਕਿੱਥੋਂ ਰੰਗਾਏ ਜੀ? ਇਹ ਫੈਸ਼ਨ ਹੈ ਜੀ। ਇਹ ਫੈਸ਼ਨ ਹੈ ਜੀ? ਹਾਂਜੀ। ਉੱਪਰੋਂ ਕਾਲੇ ਥੱਲਿਓਂ ਭੂਰੇ? ਹਾਂਜੀ। ਓਕੇ ਓਕੇ, ਕਿੰਨੇ ਦੇ ਰੰਗਾਏ ਜੀ? ਇਹ 2000 ਹੀ। 2000 ਦਾ ਨਾ ਤਾਂ ਹੀ ਬਾਲਾਂ ਦੇ? ਹਾਂਜੀ। ਵੀ ਕਰਦੇ ਹੋ ਤੋਂ ਲੈਣੇ ਉਹਨਾਂ ਦੇ ਖਰਚਾ? ਹਾਂਜੀ। ਪੋਦ ਕਰੋ ਬਈ, ਤੁਹਾਡੀ ਪਾਕਟ ਮਨੀ ਗਈ ਜੀ ਮੁੱਕ। ਹਾਂਜੀ। ਠੀਕ ਹੈ ਜੀ। ਹਾਂਜੀ। ਹੁਣ ਤੁਸੀਂ 2000 ਰੁਪਏ ਮੰਗਵਾਉਣਾ ਘਰਦਿਆਂ ਤੋਂ, ਮੈਂ ਤੁਹਾਡਾ ਡੈਡੀ, ਤੁਸੀਂ ਬਾਨੇ ਲਾਉਣੇ ਜੀ। ਡੈਡੀ, ਟਿਊਸ਼ਨ ਦੀ ਫੀਸ ਚਾਹੀਦੀ ਹੈ। ਹੈ? ਟਿਊਸ਼ਨ ਦੀ ਫੀਸ? ਇੰਨੀਆਂ ਕਿਹੜੀਆਂ ਟਿਊਸ਼ਨਾਂ ਪੜ੍ਹਦੇ ਹੋ? ਡੈਡੀ 2 ਪੜ੍ਹਦੀ ਆ। 2? ਹਾਂਜੀ। ਕਿਹੜੀ ਕਿਹੜੀ? ਡੈਡੀ ਫਿਜ਼ਿਕਸ ਤੇ ਕੈਮਿਸਟਰੀ। ਅੱਛਾ, ਉਹ ਇੱਕੋ ਥਾਂ ਨਹੀਂ ਪੜ੍ਹਦੀ ਤੂੰ? ਨਾ ਜੀ। ਅੱਛਾ, ਅੱਡ ਅੱਡ ਹੋ ਗਿਆ ਹੁਣ ਕੰਮ? ਹਾਂਜੀ। ਅੱਛਾ 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 ਅੱਛਾ। ਇਹ ਬਾਲ ਪੁੱਤ ਕਿਉਂ ਰੰਗਾਏ ਇਹੋ ਜਿਹੇ? ਡੈਡੀ ਫੈਸ਼ਨ ਚੱਲ ਰਿਹਾ। ਇਹ ਫੈਸ਼ਨ ਚੱਲ ਰਿਹਾ? ਹਾਂਜੀ। ਅੱਛਾ 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 ਅੱਛਾ, ਚਲੋ ਮੈਂ ਦੇ ਦੂੰਗਾ। ਹਾਂਜੀ। ਤੇ ਪੱਕਾ ਟਿਊਸ਼ਨ ਵਾਸਤੇ ਚਾਹੀਦੇ? ਹਾਂਜੀ ਹਾਂਜੀ। ਦੇਖ ਲਓ। ਹਾਂਜੀ। ਟਿਊਸ਼ਨ ਕਿਹਦੇ ਨਾਲ ਜਾਣੀ ਹੁੰਦੀ ਹੈ? ਸੇਲੀ ਨਾਲ। ਕਿਤੇ ਉਹਦੀ ਗੱਡੀ 'ਚ ਤਾਂ ਨਹੀਂ ਤੇਲ ਤੁਲ ਪਾਉਣਾ ਕਿਸੇ ਨੇ? ਚਲੋ ਠੀਕ ਹੈ ਜੀ, ਹੋਰ ਸ਼ੌਂਕ ਜੀ? I want to sing a song for you. ਮੇਰੇ ਲਈ ਗਾਣਾ ਗਾਣਾ? ਹਾਂਜੀ। ਓਏ ਹੋਏ, ਕੀ ਬਾਤ ਆ, ਕੀ ਬਾਤ! ਗੁਲਾਬੀ ਆਂਖੇ ਜੋ ਤੇਰੀ ਦੇਖੀ, ਸ਼ਰਾਬੀ ਇਹ ਦਿਲ ਹੋ ਗਿਆ, ਸੰਭਾਲੋ ਮੁਸ਼ਕੋ ਮੇਰੇ ਯਾਰੋ, ਸੰਭਾਲਣਾ ਮੁਸ਼ਕਿਲ ਹੋ ਗਿਆ। ਇਹ ਜਿਹੜੇ ਡੈਡੀ ਤੋਂ ਖਰਚੀ ਲੈਣੀ ਉਹ ਟੀਵੀ ਤੇ ਵੀ ਦੇਖ ਰਹੇ। ਥੈਂਕ ਯੂ ਸੋ ਮਚ ਜੀ। ਸਤਿ ਸ਼੍ਰੀ ਅਕਾਲ ਜੀ। ਇਤਨਾ ਬੜੀਆ ਗਿਆ ਮੈਂ ਜੀ। ਕੀ ਖਾਧਾ ਜੀ ਅੱਜ? ਪਰੌਂਠੇ। ਪਰੌਂਠੇ ਕਿੰਨੇ ਜੀ? 2। 2 ਨੇ ਜ਼ਿਆਦਾ ਖਾਧੇ? 2। ਸੱਚ ਬੋਲ? 2। ਪੱਕੀ ਗੱਲ ਹੈ ਜੀ? ਹਾਂਜੀ। ਹੋਰ ਸ਼ੌਂਕ ਆ ਲੈ ਤੁਹਾਨੂੰ? ਸਿੰਗਿੰਗ ਦਾ। ਸਿੰਗਿੰਗ ਦਾ? ਆ ਮਹਿੰਦੀ ਕਿਹੜੀ ਖੁਸ਼ੀ ਚਲਾਈ ਹੈ ਜੀ? ਰੱਖੜੀ ਕਰਕੇ। ਰੱਖੜੀ ਕਰਕੇ, ਵਧੀਆ ਜੀ। ਰੱਖੜੀ ਬਣੀ ਸੀ ਵੀਰੇ ਨੂੰ? ਹਾਂਜੀ। ਅੱਛਾ, ਕਿੰਨੇ ਰੁਪਏ ਮਿਲੇ ਫਿਰ? ਮਿਲੇ ਨਹੀਂ। ਮਿਲੇ ਨਹੀਂ ਜੀ? ਪੈਰ ਛੋਟਾ। ਅੱਛਾ ਅੱਛਾ, ਛੋਟਾ ਜੀ, ਸ਼ਰਾਰਤਾ ਕਰਦਾ ਜੀ? ਹੋਰ। ਤੰਗ ਕਰਦਾ? ਤੁਸੀਂ ਉਹਦਾ ਪਰੌਂਠਾ ਤਾਂ ਨਹੀਂ ਖਾ ਜਾਂਦੇ? ਨਹੀਂ ਨਹੀਂ। ਪੱਕੀ ਗੱਲ ਹੈ? ਹਾਂਜੀ। ਆਪਣਾ ਹੀ ਖਾਂਦੇ ਹੋ? ਹਾਂਜੀ। ਚਲੋ ਠੀਕ ਹੈ ਜੀ, ਵਧੋ ਤੇ ਫੁੱਲੋ। ਠੀਕ ਹੈ ਜੀ, ਹੋਰ ਫੁੱਲੋ। ਥੈਂਕ ਯੂ ਸੋ ਮਚ। ਕੀ ਨਾਮ ਹੈ ਤੁਹਾਡਾ? ਗਗਨਦੀਪ ਜੀ। ਗਗਨਦੀਪ, ਕੀ ਸੁਣਾਉਣਾ ਬਾਈ? ਕੀ ਸੁਣਾ ਦੇਣਾ? ਸੁਣਾਓ ਬਾਈ। ਉਹ ਲੱਗੀ ਗੂਗਲ ਤੇ ਪੱਕਾ ਟੀ ਟਿਕਾਣਾ ਤੂੰ, ਉਹ ਸੈਦ ਖੜੀ ਰੋਡ ਪਾ ਕੇ ਬੱਲੀਏ, ਉਹ ਪੁੱਛੀ ਸਖੀਆਂ ਤੋਂ, ਉਹ ਪੁੱਛੀ ਸਖੀਆਂ ਤੋਂ ਮੇਰਾ ਕੋਈ ਗਾਣਾ ਤੂੰ, ਉਹ ਰਾਜਪੁਰੇ ਆ ਕੇ ਬੱਲੀਏ, ਉਹ ਤੈਨੂੰ ਵੀਰੇ ਦੀ ਖੁਸ਼ੀ 'ਚ
ਤੈਨੂੰ ਵੀਰੇ ਦੀ ਖੁਸ਼ੀ ਚ ਉਹ ਮਿਲ ਆਈਫੋਨ ਗਿਆ ਨੀ ਤੂੰ ਫੱਟਰਾ ਦਾ 1100 ਮੋਬਾਈਲ ਮੋੜ ਗਈ ਆਈ ਨੀ ਮੋਬਾਈਲ ਮੋੜ ਗਈ ਬਾਈ ਇੰਨੇ ਕੰਮ ਕਿਉਂ ਰਹੇ ਸੀਗੇ ਡਰ ਲੱਗ ਰਿਹਾ ਕਿਤੋਂ ਜਿਹਨੂੰ ਜਿਹੜੀ ਬਾਹਰ ਗਈ ਹੈ ਹਾਂਜੀ ਫਿਰ ਕਿਤੋਂ ਡਰਦੇ ਹੋ ਜੀ ਪਹਿਲੀ ਵਾਰ ਕਿਤਾ ਨੂੰ ਹੋਸਟਾ ਕਰਕੇ ਪਹਿਲੀ ਵਾਰ ਟੀਵੀ ਮੂਹਰੇ ਆਏ ਹੋ ਹਾਂਜੀ ਘਰਦਿਆਂ ਨੂੰ ਸੀਗਾ ਭਰੋਸਾ ਵੀ ਇਹੋ ਜਿਹਾ ਮੁੰਡਾ ਸਾਡਾ ਟੀਵੀ 'ਤੇ ਆਜੂ ਹਾਂਜੀ ਮੇਰੀ ਮੰਮੀ ਜੀ ਤੁਹਾਡੀ ਬਹੁਤ ਵੱਡੀ ਫੈਨ ਹੈ ਜੀ ਥੈਂਕ ਯੂ ਸੋ ਮਚ ਜੀ ਮਾਤਾ ਨੂੰ ਸਤਿ ਸ਼੍ਰੀ ਅਕਾਲ ਕਿਹੋ ਜੀ ਅੱਛਾ ਜੀ ਚਲੋ ਠੀਕ ਹੈ ਬਾਈ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਤੁਹਾਡਾ ਰੁਪਿੰਦਰ ਕੌਰ ਰੁਪਿੰਦਰ ਕੌਰ ਕਿੱਥੋਂ ਬਿਲੋਂਗ ਕਰਦੇ ਹੋ ਜੀ ਸੂਰੋ ਪਿੰਡ ਤੋਂ ਸੂਰੋ ਪਿੰਡ ਤੋਂ ਇਹ ਤੁਹਾਡੀ ਬੈਸਟ ਫਰੈਂਡ ਹੈ ਜੀ ਹਾਂਜੀ ਸਾਰੀ ਬੈਸਟ ਫਰੈਂਡ ਇਹਦਾ ਨਾਮ ਕੀ ਹੈ ਜੀ ਸੰਜਨਾ ਵਾਲੀਆ ਸੰਜਨਾ ਵਾਲੀਆ ਉਹ ਕੀ ਰੱਖਿਆ ਜੀ ਉਹ ਜਿਹਦੇ ਨਾਲ ਸੰਜੂ ਰੱਖਿਆ ਹੋਇਆ ਸੰਜੂ ਨਾਂ ਤਾਂ ਐਂ ਰੱਖਿਆ ਜਿਵੇਂ ਸੰਜੂ ਜੂਸ ਬਾਰ ਵਾਲਾ ਹੁੰਦਾ ਅਗਲੇ ਦਾ ਕੀ ਨਾਮ ਹੈ ਜੀ ਉਹਦਾ ਨਾਂ ਰਮਨ ਹੈ ਰਮਨ ਉਹ ਕੀ ਰੱਖਿਆ ਜੀ ਛੇੜ ਕੀ ਪਾਈ ਹੈ ਉਹਦਾ ਨਾਂ ਰੈਮੀ ਰੱਖਿਆ ਹੋਇਆ ਰੈਮੀ ਓਏ ਹੋਏ ਰੈਮੀ 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 ਅਗਲੇ ਦਾ ਜੀ ਉਹ ਕੀ ਨਾਮ ਹੈ ਉਹ ਰੱਖਿਆ ਕੀ ਹੈ ਜੀ ਪਰਮ ਰੱਖਿਆ ਹੋਇਆ ਪਰਮ ਇਹ ਤਾਂ ਠੀਕ ਰੱਖ ਲਿਆ ਵੱਧ ਗਈ ਕਹਿੰਦੀ ਥੈਂਕ ਯੂ ਕੀ ਕੀ ਸ਼ੌਂਕ ਹੈ ਜੀ ਮੇਰੇ ਸ਼ੌਂਕ ਹੈਗੇ ਆ ਸਿੰਗਿੰਗ ਹਾਂਜੀ ਤੇ ਬਹੁਤ ਜ਼ਿਆਦਾ ਸਟੱਡੀ ਕਰਨਾ ਹੈ ਬਹੁਤ ਜ਼ਿਆਦਾ ਸਟੱਡੀ ਕਰਨਾ ਕਿੱਥੋਂ ਤੱਕ ਕਰਨੀ ਸਟੱਡੀ ਬਹੁਤ ਜ਼ਿਆਦਾ ਨਹੀਂ ਬਹੁਤ ਜ਼ਿਆਦਾ ਕਿੱਥੇ ਤੱਕ ਜੀ ਵੀ ਪੜ ਪੜ ਕਮਲੇ ਹੋ ਜਾਣਾ ਹੈ ਜੀ ਇੰਨਾ ਚਾਹ ਕੇ ਹੋ ਜੀ ਪੜਨ ਦਾ ਮਿਹਨਤ ਹੋਇਆ ਨਹੀਂ ਮੁੰਡਿਆਂ ਨੂੰ ਕਿਉਂ ਨਹੀਂ ਚਾਹ ਹੁੰਦਾ ਜੀ ਪੜਨ ਦਾ ਮੁੰਡੇ ਕੁੜੀਆਂ ਪਿੱਛੇ ਪਾਗਲ ਹੋ ਜਾਂਦੇ ਆ ਮੁੰਡੇ ਪਿੱਛੇ ਪਾਗਲ ਹੋ ਜਾਂਦੇ ਆ ਕੁੜੀਆਂ ਪਿੱਛੇ ਫਿਰਦੇ ਨੇ ਐਸੀ ਲੈਚਰ ਲਾਉਂਦੀਆਂ ਨੇ ਮੁੰਡੇ ਕੁੜੀਆਂ ਵਿੱਚ ਤਾਂ ਫਿਰਦੇ ਜੀ ਕੁੜੀਆਂ ਪੜ ਜਾਂਦੀਆਂ ਜੀ ਉਹ ਫਿਰ ਮੁੰਡੇ ਦਾ ਵਿਆਹ ਹੋ ਜਾਂਦਾ ਜੀ ਮੁੰਡਾ ਸਿਕਿਓਰ ਹੋ ਜਾਂਦਾ ਹਨਾ ਇਹ ਦੋਵੇਂ ਪੜ ਜਾਣ ਫਿਰ ਆਫ ਹੋਣਗੇ ਮੁੰਡਿਆਂ ਦੀ ਇਹ ਸੋਚ ਹੈ ਕਿ ਕੁੜੀਆਂ ਕਮਾਣਗੀਆਂ ਅਸੀਂ ਵੇਲੇ ਬੈ ਕੇ ਖਾਲਾਂਗੇ ਹੋਰ ਕੀ ਮੁੰਡੇ ਫਿਰ ਰਾਜੇ ਬੇਟੇ ਹੁੰਦੇ ਨੇ ਜਿਸ ਹਿਸਾਬ ਨਾਲ ਕਹਿ ਰਹੇ ਹੋ ਮੈਂ ਤਾਂ ਕਿਹਾ ਨੀ ਵੀ ਤੁਸੀਂ ਰਾਣੀਆਂ ਨੀ ਹੈਗੀਆਂ ਇਹ ਫਿਰ ਠੀਕ ਹੈ ਪਰ ਜਿਸ ਹਿਸਾਬ ਨਾਲ ਇਹ ਕਹਿ ਰਹੀ ਹੈ ਵੀ ਮੁੰਡੇ ਭਖਾਰੀ ਹੈ ਇਹਦਾ ਤਾਂ ਨੀ ਵਿਆਹ ਹੁੰਦਾ ਰਾਜੇ ਬੇਟੇ ਮਤਲਬ ਕਿ ਪੋਚੇ ਪੁੱਚੇ ਮੁੰਡੇ ਮਰ ਗਏ ਫਿਰ ਤਾਂ ਪੈਸੇ ਦੇ ਦੋਗੇ ਨਾ ਕਿੱਥੇ ਜਾਣਾ ਹੋਊਗਾ ਦਹੀਂ 100 ਰੁਪਏ ਪੈਟਰੋਲ ਲਈ ਅੱਛਾ ਮੁੰਡੇ ਮੰਗਣ ਤਾਂ ਦੇਣਗੇ ਅਸੀਂ ਸਾਡੀ ਰੋਟੀ ਵਗੈਰਾ ਬਣਾਉਣ ਸਬਜ਼ੀ ਅਸੀਂ ਆਈਏ ਆਫਿਸ ਸਾਡੀ ਰੋਟੀ ਬਣੀ ਹੋਵੇ ਰੋਟੀ ਬਣੀ ਹੋਵੇ ਫਿਰ ਅਸੀਂ ਪੈਸੇ ਦੇਵਾਂਗੇ ਹਾਂਜੀ ਵੀ ਬੋਲਣਾ ਚਾਹਾਂਗੇ ਹਾਂਜੀ ਬੋਲੋ ਤੁਸੀਂ ਬੋਲੋ ਮੁੰਡੇ ਕੋਆਪਰੇਟਿਵ ਹੋਣੇ ਚਾਹੀਦੇ ਅਗਰ ਗਰਲਸ ਜੌਬ ਕਰਨਾ ਚਾਹੁੰਦੇ ਉਹਨਾਂ ਨੂੰ ਨਾਲ ਸਟੈਂਡ ਹੋਣ ਸਪੋਰਟ ਹੋਣਾ ਚਾਹੀਦਾ ਪੂਰਾ ਬਸ ਇਹ ਚੀਜ਼ ਹੋਣੀ ਚਾਹੀਦੀ ਹੈ ਲਾਈਫ ਵਿੱਚ ਇਹ ਸਿਆਣੀ ਲੱਗਦੀ ਹੈ ਵੱਡੀ ਹੈ ਵੱਡੀ ਠੀਕ ਹੈ ਇਹਦਾ ਕਰੋ ਛੇਤੀ ਕਰੋ ਇਹਦਾ ਵਿਆਹ ਹੋ ਗਿਆ ਵੀ ਹੈ ਹੋ ਗਿਆ ਹੋਰ ਵਾਲਾ ਬਹੁਤ ਵਧੀਆ ਜੀ ਤੁਸੀਂ ਕੀ ਲੈਣਾਓਗੇ ਜੀ ਸਾਨੂੰ ਹਰ ਕਾਲਜ ਵਿੱਚ ਟੱਕਰਦੀ ਹੈ ਟੈਂਟ ਵਾਲੀ ਖੋਜ ਕਿਹਨੇ ਕੀਤੀ ਹੈ ਇਹ ਵਾਲ ਵੀ ਰੰਗੇ ਜੀ ਮਾਡਲਿੰਗ ਕਰਨੀ ਹੈ ਜੀ ਠੀਕ ਹੈ ਜੀ ਜਮਾ ਰੈਂਪ ਦੇ ਉੱਤੇ ਤੁਸੀਂ ਵੱਡੇ ਮਾਡਲ ਬਣ ਗਏ ਜੀ ਬਹੁਤ ਤਕੜਾ ਪ੍ਰੋਗਰਾਮ ਹੈ ਰੈਂਪ ਤੇ ਚੱਲਣਾ ਜੀ ਠੀਕ ਹੈ ਠੀਕ ਮਾਡਲਿੰਗ ਕਰਨੀ ਹੈ ਜੀ ਫੁਕਰੀ ਵੀ ਮਾਰਨੀ ਹੈ ਜੀ ਬਿਲਕੁਲ ਬਿਲਕੁਲ ਤਾਂ ਹੈਗੀ ਉਹ ਤਾਂ ਹੈਗੀ ਫੁਕਰੀ ਹੈਗੀ ਹੈ ਬੜੀ ਬੜੀ ਪੂਰੇ ਕਾਲਜ ਵਿੱਚ ਫੁਕਰੀ ਕਹਿੰਦਾ ਸਾਰਾ ਕਾਲਜ ਫੁਕਰੀ ਕਹਿੰਦਾ ਜੀ ਚਲੋ ਕੁੜੀ ਮੰਨੀ ਤਾਂ ਸਹੀ ਚਲੋ ਜੀ ਓਏ ਹੋ ਚੱਲੀ ਜੀ ਓਏ
ਕੁੜੀ ਨੱਚੀ ਜਾਂਦੀ ਹੈ ਜੀ, ਨਾਲੇ ਸਾਰਾ ਫਰਸ਼ ਸਾਫ ਕਰਕੇ ਜੀ, ਬਹੁਤ ਵਧੀਆ ਹੋ ਗਿਆ ਜੀ ਡਾਂਸ। ਤੋਂ ਬਾਈ ਤੁਸੀਂ ਆਓ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਂ ਜੀ ਵੀਰੇ? ਵੀਰੇ ਨਾਂ ਜੱਸੀ ਗਿੱਲ ਹੈ ਆਪਣਾ। ਜੱਸੀ ਗਿੱਲ? ਹਾਂਜੀ। ਅੱਛਾ ਜੀ, ਅੱਛਾ ਜੀ, ਅੱਛਾ ਜੀ। ਤੇ ਮੈਂ ਵੀਰੇ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਦੋਂ ਵੀ ਤੁਹਾਡੀ ਆਉਣ ਦੀ ਖਬਰ ਮਿਲੀ ਇੱਥੇ, ਹਾਂਜੀ, ਰਾਜਪੁਰੇ ਦਾ ਕੋਈ ਵੀ ਬਿਊਟੀ ਪਾਰਲਰ ਵੇਲਾ ਨਹੀਂ ਸੀ। ਅੱਛਾ, ਇਹ ਜਿੰਨੀ ਵੀ ਕੁੜੀਆਂ ਨੇ ਇਹ ਸਾਰੀਆਂ ਨੇ ਮੇਕਅਪ ਕਰਕੇ ਆਈਆਂ। ਧੁੱਪ ਨੇ ਇੰਨਾ ਬੁਰਾ ਹਾਲ ਕਰਤਾ ਸਾਰੀਆਂ ਦਾ, ਉਤਰ ਗਿਆ। ਓਏ ਹੋਏ ਹੋਏ, ਉਤਰ ਗਿਆ ਉਤਰ ਗਿਆ ਉਤਰ ਗਿਆ। ਮੇਰਾ ਆਪਣੀ ਖੱਦਰਾਂ ਦੀ ਸਾਬਣ ਚੱਲ ਰਹੀ ਹੈ। ਹਾਂ, ਆਪਣੀ ਸਾਬਣ ਚੱਲ ਰਹੀ ਹੈ। ਹਾਂਜੀ ਹਾਂ ਹਾਂਜੀ ਹਾਂਜੀ। ਹੋਰ ਬਾਈ? ਤੇ ਵੀਰੇ ਇੱਕ ਕੁੜੀ ਕਹਿ ਕੇ ਗਈ ਸੀ, ਕਹਿੰਦੇ ਮੁੰਡੇ ਅਸੀਂ ਪੜ੍ਹਦੀ ਆ ਤੇ ਮੁੰਡੇ ਤਾਂ ਵਿਹਲੇ ਹੁੰਦੇ ਆ। ਹਾਂ, ਤੇ ਉਹਦੇ ਲਈ ਗਾਣਾ ਗਾਣਾ ਚਾਹਨਾ ਇੱਕ। ਸੁਣਾਓ 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 ਬਾਈ। ਇਹ ਜੱਸੀ ਗਿੱਲ ਦਾ ਹੀ ਗਾਣਾ ਵੀਰੇ। ਹਾਂਜੀ ਹਾਂਜੀ ਹਾਂਜੀ। ਜੇ ਬਾਪੂ ਜ਼ਿਮੀਂਦਾਰ ਆਇਆ ਸੀ ਤੇ ਉਹਦਾ ਉਲਟੇ ਉਹ ਗਾਣਾ ਚਾਹਨਾ। ਹੋ ਤੂੰ ਤਾਂ ਨਹੀਂ ਸੀ ਸਕੂਟੀ ਪੱਲੇ ਅੱਟ ਕੇ, ਮੈਂ ਤਾਂ ਲਿਆ ਸੀ ਬੁਲਟ ਚੋਨਾ ਵੱਟ ਕੇ। ਸਾਡੀ ਜਿੰਨੀ ਕਿਸੇ ਐਸ਼ ਕਰਾਉਣੀ ਨੀ, ਇੱਕ ਹਫ਼ਤੇ ਲਈ ਦੇਖ ਸਾਨੂੰ ਛੱਡ ਕੇ। ਹੋਇਆ ਕਰੋੜ ਦਾ ਇਹ ਕਿਹਦਾ ਜਮਾ ਵੀ ਨਾ ਹੰਸਾਰ, ਨਾ ਤੇਰੇ ਬਾਪੂ ਕੋਲ ਜ਼ਮੀਨ ਚੱਕੀ ਫਿਰੇ ਅਸ ਟੀਮ, ਸਾਡਾ ਬਾਪੂ ਜ਼ਿਮੀਂਦਾਰ ਚੱਕੀ ਫਿਰੇ ਆਡੀ ਕਾਰ, ਨਾ ਤੇਰੇ ਬਾਪੂ ਕੋਲ ਜ਼ਮੀਨ ਚੱਕੀ ਫਿਰੇ ਅਸ ਟੀਮ, ਸਾਡਾ ਬਾਪੂ ਜ਼ਿਮੀਂਦਾਰ ਚੱਕੀ ਫਿਰੇ ਆਡੀ ਕਾਰ। ਉਹ ਫਿਰੇ ਹਵਾ ਤੂੰ ਸਤਾਰਾਂ ਦੀ ਹੈ ਮਾਰਦੀ, ਸ਼ੇਰ ਚੌਂ ਖਰੀਦਦੀ ਤੂੰ ਕੱਪੜੇ, ਕੱਲ ਸੁਣਿਆ ਮੈਂ ਆਈ ਟੀ ਆਈ ਚੌਂਕ ਘੇਰ ਕੇ, ਲੇਡੀ ਪੁਲਿਸ ਨੇ ਮਾਰੇ ਤੇਰੇ ਥਾਪੜੇ। ਓ ਸਾਨੂੰ ਪਤਾ ਤੇਰਾ ਸਾਰਾ ਹਵਾ ਹੋ ਰੱਖੇ ਮਾਰ, ਨਾ ਤੇਰੇ ਬਾਪੂ ਕੋਲ ਜ਼ਮੀਨ ਚੱਕੀ ਫਿਰੇ ਅਸ ਟੀਮ, ਸਾਡਾ ਬਾਪੂ ਜ਼ਿਮੀਂਦਾਰ ਚੱਕੀ ਫਿਰੇ। ਸਰ ਮੇਰਾ ਨਾਮ ਰਾਜਨ। ਮੈਂ ਸਤਿ ਸ਼੍ਰੀ ਅਕਾਲ ਬੁਲਾਈ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਜਨ। ਹਾਂਜੀ, ਕਿੱਥੇ ਰਹਿੰਦੇ ਹੋ ਜੀ? ਸਰ ਚੰਡੀਗੜ੍ਹ। ਚੰਡੀਗੜ੍ਹ? ਚੰਡੀਗੜ੍ਹ ਕਿਹੜਾ ਥੀਏਟਰ ਹੈ? ਸਰ ਚੰਡੀਗੜ੍ਹ ਮੈਂ ਮਾਜਰਾ। ਬਈ ਇੱਦਾਂ ਹੈ, ਤੁਸੀਂ ਕੀ ਕਰਦੇ ਹੋ ਇੱਥੇ? ਸਰ ਜਰਨਲਿਜ਼ਮ। ਜਰਨਲਿਜ਼ਮ? ਪੱਤਰਕਾਰਿਤਾ? ਹਾਂਜੀ ਸਰ। ਬਈ ਐਂ ਵੀ ਤੁਸੀਂ MH1 ਨਿਊਜ਼ ਦੇ ਵਿੱਚ ਲੱਗ ਗਏ, ਤੁਸੀਂ ਰਿਪੋਰਟਰ ਹੋ? ਜੀ ਸਰ। ਮੈਨੂੰ ਕੋਈ ਗੱਡੀ ਵਾਲਾ ਮਾਰ ਗਿਆ ਫੈਂਟ, ਮੈਂ ਸਾਈਕਲ 'ਤੇ ਗਰੀਬ ਬੰਦਾ, ਮੈਂ ਥੱਲੇ ਡਿੱਗਿਆ ਬੈਠਾ ਸੜਕ ਦੇ ਉੱਤੇ, ਤੁਸੀਂ ਉਹ ਚੈਨਲ ਨੂੰ ਦਿਖਾਉਣਾ, ਪੂਰੇ ਲੋਕਾਂ ਨੂੰ ਦਿਖਾਉਣਾ ਵੀ ਕੀ ਹਾਲ ਹੈ ਮੇਰਾ। ਓਕੇ ਸਰ। ਜੈਸਾ ਕਿ ਆਪ ਦੇਖ ਸਕਤੇ ਹੈਂ, ਯਹਾਂ ਪਰ ਇਤਨਾ ਖਤਰਨਾਕ ਐਕਸੀਡੈਂਟ ਹੁਆ ਹੈ, ਯਹਾਂ ਪਰ ਸਾਈਕਲ ਕੋ ਕੁਚਲ ਦਿਆ ਗਿਆ ਹੈ ਗਾੜੀ ਸੇ, ਯਹਾਂ ਪਰ ਗਾੜੀ ਪਰ ਥੇ ਹਮਾਰੇ ਗਰੀਬ ਸੇ ਇਨਸਾਨ ਜਿਨਕੀ ਪਤਾ ਨਹੀਂ ਕਿਤਨੀ ਪ੍ਰੋਪਰਟੀ ਥੀ ਕਿ ਨਹੀਂ ਥੀ। ਆਈਏ ਹਮ ਉਸਸੇ 2 ਮਿਨਟ ਮਰਨੇ ਸੇ ਪਹਿਲੇ ਸਵਾਲ ਪੁੱਛਤੇ ਹੈਂ। ਸਰ ਆਪਕਾ ਨਾਮ ਕਿਆ ਹੈ? ਰਵਨੀਤ। ਰਵਨੀਤ ਸਰ ਆਪ ਕਰਤੇ ਕਿਆ ਹੈ? ਪੀਐਨ ਲੱਗਾ ਬਾਈ। ਸਰ ਕਿਤਨਾ ਕਮਾ ਲੈਂਦੇ ਹੋਗੇ ਆਪ? 15,000 ਰੁਪਏ ਮਹੀਨੇ ਦਾ ਵੀਰੇ। 15,000? ਆਪ ਸਾਈਕਲ ਤੇ ਆ ਰਹੇ ਤੇ ਹੀਰੋ ਕੀ ਸਾਈਕਲ ਪਰ 15,000 ਕਮਾਤੇ ਹੈ? ਵੀਰੇ ਬੱਚਿਆਂ ਨੂੰ ਵੀ ਪੜਾਉਣਾ ਹੁੰਦਾ ਹੈ। ਅੱਛਾ ਸਰ, ਆਪ ਆਪਕੀ ਨੋਮਿਨੀ ਮੈਂ ਕਿਸ ਕੋ ਡਾਲਾ ਆਪ ਅਗਰ ਮਰਨੇ ਮਰ ਗਏ ਤੋ? ਕਿਹੜਾ ਨੋਮਿਨੀ? ਸਰ ਜੈਸੇ ਅਗਰ ਆਪਕੋ ਕੁਛ ਹੋ ਗਿਆ ਤੋ ਆਪਕੇ ਬੱਚੋ ਆਪਕੋ ਬੱਚੋ ਕੌਨ ਸੰਭਾਲੇਗਾ, ਉਨਕੇ ਲਈ ਪੈਸੇ ਕਹਾਂ ਪੇ ਰੱਖੇ? ਮੈਂ ਮਰ ਗਿਆ ਜੇ, ਮੈਂ ਕਿਹੜਾ ਮਰਿਆ ਜੇ? ਸਰ ਆਪ ਅਗਰ ਮਰ ਗਏ ਤੋ ਕੀ ਹੋਗਾ ਸਰ? ਯਾਰ ਤੂੰ ਕਿੱਥੋਂ ਆਇਆ ਬਾਈ? ਮੈਂ ਤੂੰ ਦਵਾਈ ਦੂਈ ਦਵਾ ਬਾਈ, ਮਰਨ ਵਾਲੀ ਕਿਉਂ ਗੱਲਾਂ ਕਰ? ਸਰ ਲਾਈਵ ਲਾਈਵ ਕਰ, ਪੂਰੀ ਦੁਨੀਆ ਆਪਕੋ ਦੇਖ ਰਹੀ ਹੈ ਸਰ, ਆਪ ਬਤਾਓ ਆਪ ਮਰਨੇ ਵਾਲੇ ਆਪਕੋ ਕੈਸਾ ਲੱਗ ਰਿਹਾ ਹੈ? ਬਾਈ ਪੂਰੀ ਦੁਨੀਆ ਦੇਖ ਰਹੀ ਹੈ। ਯੈਸ ਸਰ। ਬਾਈ ਸਾਰੇ ਦੇਖ ਰਹੇ ਮੈਨੂੰ? ਸਾਰੇ ਦੇਖ ਰਹੇ ਸਰ, ਕੈਮਰਾ ਸਰ ਵਾਪਸ ਧਿਆਨ ਦੀਜੀਏ। ਸਰ ਆਪ ਮਰਨੇ ਵਾਲੇ ਆਪਕੋ ਕੈਸਾ ਲੱਗ ਰਿਹਾ? ਮਰਨ ਵਾਲਾ ਨਹੀਂ ਹੈਗਾ ਬਾਈ। ਸਰ ਅਗਰ ਆਪਕੋ ਕੋਈ ਛੋ ਗਿਆ ਤੋ ਕੀ ਕਰੋਗੇ ਸਰ? ਬਾਈ ਦਵਾਈ ਦੂ। ਮੈਂ ਮਰਨ ਵਾਲਾ ਨਹੀਂ ਹੈਗਾ। ਬਾਈ ਦਵਾਈ ਦੂ। ਸਰ ਦਵਾਈ ਦੂ। ਸਰ ਦਵਾਈ ਦੂ।
भाई छोड़ो, अभी अब तो अपने पैसे कहाँ कहाँ रखे, आपके पेरेंट्स को बताना पड़ेगा, आपके घर वालों को बताना पड़ेगा। ओ भाई मैं जीने हजे मेरे अपने पैसे मैं कि तुसा सर आप जीने वा, मरने वाले हो सर, आपको चक्कर लगी है गाड़ी से, आपका दिमाग सारा संतुलन हिल गया है सर, आप ध्यान दीजिए। आप ये हिल गया मेरा? यस सर। मैं मरने ना भाई? यस सर। तू कौन का कितो है सर? एमएच1 से सर लाइव कवरेज कर रहा हूं सर, पूरी दुनिया आपको देख रही है। भाई मैं मरने वाला नहीं है, तक झूठ बोल रहा है, मैं मरने नहीं है सर। मरने वाले हो सर, आप ध्यान दीजिए, आप दो मिनट है सिर्फ आपकी जिंदगी में। क्या बड़े मुंह तेरा, तेरा मैं नहीं मरने वाला सर। आप मरने वाले हो सर, मानो ना मानो, मरने वाले हो सर, मरने वाले हो सर। मस्ती इतने कंटिन्यू रहोगी जी, पर तुम कितने नहीं जाना, वेड़ा हो चुका है। एक छोटे जे ब्रेक दा मिलते हैं, एक छोटे जे सतरीकाल जी। ओ देखो टीवी ते आ गए, की नाम है थोड़ा? सिमरनजीत। सिमरनजीत, छोटा की शौक है जी? डांसिंग, घूमना फिरना और फ्रेंड्स नाल टाइम स्पेंड करना। फ्रेंड्स नाल टाइम स्पेंड करना, घूमना फिरना, किथे घूमना? घूमना ऐदा जिवे मेनू पहाड़ पसंद है। मेनू पहाड़। फेवरेट ड्रीम प्लेस केड़ा जी? शिमला। बस चंडीगढ़ 100 किलोमीटर? हां जी। लोकां दा ड्रीम प्लेस हुंदा स्विट्जरलैंड, इंग्लैंड, छोटा बस शिमला? हां जी, बस इत्थे तक। यार छोटी सोच, छोटी सोच, सोच बड़ी करो। सोच छोटी होएगी ताई अगे अगे वड्डी बनेगी। अच्छा मुझे शिमले जाओगे? हां ताई फिर अगे अगे वड्डी और अगे और ओही है ना। ठीक है ठीक है ठीक है। और गीत जी? और मैं थोड़े लिए एक सॉन्ग डेडिकेट करता हूं, गावांगी क्योंकि मैं थोड़ी बहुत 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 वड्डी फैन। बहुत बहुत सुनाओ जी, सुनाओ जी। तेरे बिना जीण दी गल बड़ी औखी लगदी, खारे हंजू पीण दी गल बड़ी औखी। आओ जी आओ आओ आओ, ये मेरे लिए जी। छोटा सा मत जी, इतना प्यार, धन्यवाद। थैंक यू। बस सानू रब हमेशा एवं तरक्कियां बख्शे, सानू तुसी आप भी खुश रहो, सानू भी आसान दे रहो। ठीक है जी, मैं थोनू आसान रहूंगा जी, कोशिश करूंगा। बाबा थोनू चढ़दी गल्लां च रखे, ऐं थोनू जान नहीं देना, तुसी कोई ना कोई गीत सुना के जाओ। मैं भंगड़ा कर सकदी हां तुहाडे नाल? चलो भंगड़ा करिए आपां। चलो ठीक है। ब्रदर मैं घर तो नठन लग्या सी, उदों बहुत झटका पईआं ने, घर तो भज लगे, टेंशन हो गई सी कि बस बलूड वल दी जा। ਸੋਹਣੀ ਨੱਚੀਆਂ ਉਹ, ਪਰ ਤੇਰੇ ਨਾਲ ਹੋ ਗਿਆ ਪਿਆਰ ਨੀ, ਤੇਰੇ ਨਾਲ ਹੋ ਗਿਆ ਪਿਆਰ ਨੀ, ਤੂੰ ਆ ਜਹਾਂ ਵੀ ਭਰ ਵਲੀਏ, ਉਹ ਕਹਿੰਦਾ ਰੱਖੂੰਗਾ ਰੱਖੂੰਗਾ ਬਣਾ ਕੇ ਸਰਦਾਰ ਨੀ, ਤੂੰ ਡਰਿਆ ਨਾ ਕਰ ਕੁੜੀਏ। ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕਿਹੜਾ ਈਅਰ ਹੈ ਜੀ? ਰਾਜਪੁਰਾ। ਉਹ ਮੈਂ ਈਅਰ ਪੁੱਛਿਆ ਗੱਭਰੂ ਨੂੰ ਕੁੜੀ ਕੋਈ ਦੇ ਜਵੇ ਜਵਾਬ, ਵਿਆਹ ਚ ਸ਼ਰਾਬੀਆਂ ਨੂੰ ਮਿਲਣਾ ਸ਼ਰਾਬ, ਕੀਮਤੀ ਸਮਾਨ ਜਦੋਂ ਹੱਥ ਕੋਈ ਟੁੱਟਦਾ, ਸੋ ਰੱਬ ਦੀ ਬਈ ਉਹਦਾ ਦਿਲ ਟੁੱਟਦਾ, ਸੋ ਰੱਬ ਦੀ ਬਈ ਉਹਦਾ ਦਿਲ ਟੁੱਟਦਾ। ਰਾਜਪੁਰੇ ਤੋਂ ਲਾਓ ਲਾਓ ਮੇਰੇ ਨੂੰ ਲਾਮਾ ਜੀ।
ਪਰਿਵਾਰ 'ਚ ਕੌਣ ਕੌਣ ਹੈ ਬਾਈ? ਬਾਈ ਪਰਿਵਾਰ 'ਚ ਬਾਪੂ ਹੈ ਜੀ, ਬੇਬੇ ਹੈ ਜੀ, ਦੋ ਭਰਾ ਹੈ ਜੀ। ਕੁੱਟ ਪੈਂਦੀ ਹੈ ਜੀ? ਕੁੱਟ ਤਾਂ ਹੀ ਪੈ ਜਾਂਦੀ ਹੈ ਜੀ, ਬਾਪੂ ਢਾਲ ਲੈਂਦਾ ਜੀ ਕਈ ਵਾਰੀ। ਬਾਪੂ ਢਾਲ ਲੈਂਦਾ ਫਿਰ ਮੁੰਡਾ ਥੱਲੇ ਡੈਡੀ ਉੱਤੇ? ਹਾਂ ਹਾਂ। ਜਮਾ ਕਿੰਨੀਆਂ ਕਿੰਨੀਆਂ ਚਪੇੜੇ ਪੈਂਦੇ ਫਿਰ? ਚਪੇੜੇ ਚਪੂੜੇ ਤਾਂ ਘੱਟ ਮਾਰਦਾ ਜੀ, ਬਸ ਮੇਰੀ ਲੱਤ ਲੁੱਤ ਮਾਰ ਕੇ ਤਾਰ ਦਿੰਦਾ ਜੀ। ਮੁੰਡਾ ਗੱਡਾ ਬਾਅਦ ਵਿੱਚ ਗੱਡਾ ਮਾਰ ਦਿੰਦਾ ਜੀ। ਫਿਰ ਉਹਦਾ ਕਿੰਨੇ ਕੁ ਦਿਨ ਅਸਰ ਰਹਿੰਦਾ? ਅਸਰ ਉਸਰ ਤਾਂ ਜੀ ਆਪਾਂ 2 ਘੰਟੇ ਬਾਅਦ ਤਾਰ ਦੀਦਾ। ਅੱਛਾ ਅੱਛਾ, ਤੁਹਾਨੂੰ ਪਤਾ ਹੈ ਜੇ ਡੈਡੀ ਨੂੰ ਕਹਿਣਾ ਹੋਵੇ ਬਈ ਫਲਾਣੀ ਕੁੜੀ ਨਾਲ ਮੇਰਾ ਵਿਆਹ ਕਰ ਦਿਓ ਜੀ, ਹਨਾ ਇੱਕ ਮੈਸੇਜ ਦੇਣਾ ਬੜੇ ਪਿਆਰ ਦੇ ਨਾਲ, ਇਮੋਸ਼ਨਲ ਜਿਹੇ ਹੋ ਕੇ, ਹਨਾ। ਡੈਡੀ ਮੈਨੂੰ ਨਾ ਜੀ ਇੱਕ ਕੁੜੀ ਪਸੰਦ ਹੈ ਜੀ, ਉਹ ਨਾ ਜੀ ਬਸ ਬਾਹਲੀ ਸਾਊ ਹੈ ਜੀ। ਹਾਂ ਜੀ ਦੇਖ ਲਓ ਜੀ, ਮਰਜ਼ੀ ਹੈ ਜੀ ਹੁਣ। ਮੈਂ ਡੈਡੀ ਦੀ ਗੱਲ ਯਾਰ, ਵਿਆਹ ਤੂੰ ਕਰਾਉਣਾ? ਹਾਂ ਡੈਡੀ, ਬਸ ਡੈਡੀ ਨਾਲ ਮਰਜ਼ੀ ਨਾਲ ਜਾਣਾ ਪੈਣਾ। ਅੱਛਾ ਅੱਛਾ, ਡੈਡੀ ਦੀ ਮਰਜ਼ੀ ਨਾਲ? ਹਾਂ ਜੀ ਡੈਡੀ ਮਰਜ਼ੀ ਹੈ ਜੀ, ਬਾਕੀ ਕਰਨੀ ਤਾਂ ਤੁਸੀਂ ਆ ਜੀ, ਜੇ ਨਾ ਵੀ ਮੰਨੇ ਆਪਾਂ ਫਿਰ ਵੀ ਮਨਾ ਲੈਣਾ। ਸਾਡਾ ਕਹਿਣਾ ਫਰਜ਼ ਹੈ, ਅੱਗੇ ਤੁਹਾਡੀ ਮਰਜ਼ੀ ਹੈ ਜੀ। ਹੋਰ ਕੀ ਸੁਣਾਓਗੇ ਬਾਈ? ਬਾਬਾ ਜੀ ਇੱਕ ਗਾਣਾ ਸੁਣਾ ਦਿੰਦੇ ਜੀ, ਸੁਣਾਓ। ਚੱਲਦੇ ਆ ਕੰਮ ਨਾਲੇ ਮਾਲਕ ਜ਼ਮੀਨਾਂ ਦੇ, ਉਹ ਪੱਟੇ ਹੋਏ ਨੱਡੀਆਂ ਤੇ ਕੁੜੀਆਂ ਸ਼ਕੀਨਾਂ ਦੇ। ਚੱਲਦੇ ਆ ਕੰਮ ਨਾਲੇ ਮਾਲਕ ਜ਼ਮੀਨਾਂ ਦੇ, ਉਹ ਪੱਟੇ ਹੋਏ ਗੱਡੀਆਂ ਤੇ ਕੁੜੀਆਂ ਸ਼ਕੀਨਾਂ ਦੇ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਕੀ ਨਾਮ ਹੈ ਤੁਹਾਡਾ? ਸ਼ਿਵਾਨੀ ਤਨੇਜਾ। ਸ਼ਿਵਾਨੀ ਤਨੇਜਾ, ਆ ਕੀ ਪਾਇਆ ਜੀ? ਚਿੱਕੜ ਚੁੱਕੜ ਵੜ ਜਾਓ, ਪੈਰ ਗੰਦੇ ਨਹੀਂ ਹੋਏ ਨੇ ਜੀ? ਹੋ ਜਾਣਗੇ ਜੀ। ਫੇਰ ਜੀ ਆ ਨੱਗ ਬੜੇ ਪਾ ਰੱਖੇ ਜੀ, ਹੈ ਜੀ? ਪਾਪਾ ਨੇ ਗਿਫਟ ਕੀਤਾ ਹੋਇਆ ਹੈ। ਪਾਪਾ ਨੇ ਗਿਫਟ ਕੀਤਾ ਨੱਗ? ਹਾਂਜੀ। ਨਹੀਂ ਇਹਦਾ ਅਸਰ ਕੀ ਕਰੂਗਾ ਜੀ, ਕੀ ਕਰੂਗਾ ਤੁਹਾਡੇ ਤੇ? ਲੱਕੀ ਹੁੰਦਾ ਹੈ। ਲੱਕੀ? ਹਾਂਜੀ। ਹੁਣ ਤਾਂ ਹਾਏ ਤੁਸੀਂ ਅਨਲੱਕੀ ਹੋ। ਨਹੀਂ ਜੀ, ਬਹੁਤ ਲੱਕੀ ਆ। ਬਹੁਤ ਲੱਕੀ? ਹਾਂਜੀ। ਹੋਰ ਸ਼ੌਂਕ ਜੀ? ਸਿੰਗਿੰਗ। ਗੀਤ ਸੁਣਾਓ ਜੀ। ਬੂਹੇ ਬਾਰੀਆਂ ਕਿਹੜੀਆਂ ਬਾਜੀ? ਸੋਹਣੀ ਹੋਵੇ ਦੇਖਣ ਨੂੰ ਜੀ। ਦੇਖਣ ਨੂੰ ਸੋਹਣੀ ਹੋਵੇ ਵੀ, ਆਣ ਗੁਆਂਢ ਵੀ ਦੇਖਦਾ ਹੋਵੇ ਵੀ ਹੋ ਜਾਂਦੀ ਹੋਵੇ। ਵਾਹੀ ਗੱਲ ਹੈ, ਕੋਈ ਦੇਖੇ ਕਹੇ ਤਾਂ ਸਹੀ ਕਿ ਹਾਂ ਵੀ ਹੈ ਵੀ ਆ ਵਿਆਹ ਕੇ ਲਿਆ। ਹਾਂ ਸਾਰਾ ਟੱਬਰ ਬਾਹਰ ਆ ਜਾ ਕਰੇ, ਤੇਰੀ ਘਰ ਨਹੀਂ ਚਲੇ ਵੀ ਹੋ ਜਾਂਦੀ ਹੋਏ ਉਧਰ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ ਜੀ। ਸੋ ਤੁਹਾਨੂੰ ਕੁੜੀਆਂ ਵਾਲੇ ਸ਼ੌਂਕ ਕਦੋਂ ਤੋਂ ਪਏ? ਮੈਂ ਸਿੰਗਾਪੁਰ ਤੋਂ ਪਏ ਜੀ, ਜਦੋਂ ਮੈਂ ਆਇਆ ਸਿੰਗਾਪੁਰ ਦੇ ਵਿੱਚ ਤੁਸੀਂ ਕੁੜੀਆਂ ਵਾਲੇ ਸ਼ੌਂਕ ਪਏ ਜੀ? ਹਾਂਜੀ। ਬਹੁਤ ਵਧੀਆ ਜੀ। ਹੋਰ ਸਿੰਗਾਪੁਰ ਦਾ ਕਿੱਦਾਂ ਕਿੱਦਾਂ ਰਿਹਾ ਜੀ ਮਾਹੌਲ? ਬਹੁਤ ਵਧੀਆ ਜੀ, ਬਹੁਤ ਵਧੀਆ ਐਕਸਪੀਰੀਅੰਸ। ਬਹੁਤ ਵਧੀਆ ਜੀ, 2 ਸਾਲ ਦਾ ਐਕਸਪੀਰੀਅੰਸ ਆਪਣੇ ਕੋਲ। ਕੀ ਕੁਝ ਕੀਤਾ ਜੀ ਉੱਥੇ? ਆਪਾਂ ਉੱਥੇ ਜੋਬ ਕਰਦੇ ਸੀ ਜੀ। ਜੋਬ ਕਰਦੇ ਜੀ? ਇਹ ਬਾਲਾਂ ਨੂੰ ਕਿਹੜਾ ਕੱਟ ਕਹਿੰਦੇ ਜੀ? ਨਾਈ ਨੂੰ ਕੀ ਕਿਹਾ ਸੀ ਵਿਆਹ ਕਰਦੇ? ਇਹ ਕਹੇ ਸਪੈਕੀ ਕੱਟ। ਪਾਈ ਕੀ ਕੱਟ? ਹਾਂਜੀ। ਅੱਛਾ ਮੁੰਦਰਾਂ ਦਾ ਪਾਈਆਂ ਪਾਈਆਂ ਲੱਕ ਵੀ ਕੁੜੀਆਂ ਵਾਲਾ ਕੇ ਕਮਜ਼ੋਰ ਹੋ ਗਏ ਜੀ, ਕਮਜ਼ੋਰ ਰਹਿਣਾ ਸਾਡਾ ਚੰਗਾ ਨਹੀਂ ਲੱਗਾ ਜੀ। ਅੱਛਾ ਪਰਿਵਾਰ ਕਿੱਥੇ ਰਹਿੰਦੇ ਬਾਈ? ਵੀ ਇੱਥੇ ਰਾਜਪੁਰੇ ਹੀ ਆਪਾਂ ਲੋਕ। ਪਰਿਵਾਰ ਬੇਸਿਕਲੀ ਇੱਥੇ ਹੀ? ਹਾਂਜੀ ਬਿਲਕੁਲ ਇੱਥੇ ਹੀ। ਕਿ ਸਿੰਗਾਪੁਰ ਜੰਮੇ ਸੀ? ਨਹੀਂ, ਜੰਮੇ ਤਾਂ ਇੱਥੇ ਹੀ ਸੀ ਜੀ। ਪੁੱਛ ਲੈਣਾ ਸੀ ਡੈਡੀ ਤੋਂ? ਨਹੀਂ ਨਹੀਂ, ਇੱਥੇ ਨਹੀਂ ਹੈ ਜੀ, ਡੈਡੀ ਨੂੰ ਚੰਗੀ ਤਰ੍ਹਾਂ ਕਨਫਰਮ ਹੈ। ਕਨਫਰਮ ਹੈ? ਠੀਕ ਹੈ ਠੀਕ ਹੈ। ਹੋਰ ਬਾਈ ਸ਼ੌਂਕ ਸੁਣਾਓ ਫਿਰ ਬਾਈ, ਕੁਝ ਕੀ ਲਿਖਿਆ? ਆਪਣਾ ਲਿਖਦੇ ਆ ਜੀ, ਸਿਰਫ ਇਹਦੀ ਸਹੇਲੀ। ਉਹ ਪੀਐਮ ਦੇ ਰਾਂਝੇ ਬਣ ਜਿਹੜਾ ਉਹਦਾ ਰਾਹ ਰੋਕਦੇ, ਕੱਲ ਕਮਲੀ ਨੇ ਹਾਕੀਆਂ ਦੇ ਨਾਲ ਠੋਕਤੇ, ਓਪਨ ਬਜ਼ਾਰੋਂ ਵਿੱਚ ਆਉਂਦੀ ਡੇਟ ਤੇ, ਉਹ ਕੀ ਸਿਫਤ ਕਰਾਂ ਮੈਂ ਯਾਰ ਉਹਦੀ ਤੋਰਦੀ, ਉਹ ਮਿੱਤਰਾਂ ਨੂੰ ਸਹੇਲੀ ਸਿਰ ਫਿਰੀ ਟੱਕਰੀ, ਗੱਡੀ ਜਿਹਦੇ ਨਾਲ ਹੀ ਰੱਖੇ ਬਾਰਾਂ ਬੋਲਦੀ, ਮਿੱਤਰਾਂ ਨੂੰ ਸਹੇਲੀ ਸਿਰ ਫਿਰੀ ਟੱਕਰੀ, ਉਹ ਗੱਡੀ ਜਿਹਦੇ ਨਾਲ ਹੀ ਰੱਖੇ ਬਾਰਾਂ ਬੋਲਦੀ। ਬਹੁਤ ਵਧੀਆ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਬਹੁਤ ਸੁੰਦਰ ਲੱਗ ਰਹੇ ਹੋ। ਥੈਂਕ ਯੂ। ਜੱਚ ਰਹੇ ਹੋ ਬਾਲਾ। ਥੈਂਕ ਯੂ। ਬਹੁਤ ਸੁੰਦਰ ਲੱਗ ਰਹੇ ਹੋ, ਜੱਚ ਰਹੇ ਹੋ ਬਾਲਾ, ਪਰ ਸਮਝ ਨਹੀਂ ਆਤੀ ਇਹ ਕਿਆ ਹੈ ਡਾਲਾ। ਇਹਨੂੰ ਹੈਰਮ ਕਮ ਪਲਾਜ਼ੋ ਕਹਿੰਦੇ ਆ। ਹਾਂਜੀ, ਹੈਰਮ ਕਮ ਪਲਾਜ਼ੋ ਕਹਿੰਦੇ ਆ ਇਹਨੂੰ। ਹੈਰਮ? ਮੈਨੂੰ ਬਾਕੀ ਗੱਲਾਂ ਦੀ ਗੱਲਾਂ, ਮੈਨੂੰ ਤਾਂ ਲੱਗਦਾ ਵੀ ਪਰਦਾ ਤੁਹਾਡਾ ਵੱਧ ਗਿਆ ਸੀਗਾ ਉਹਦਾ ਪਾਰਟ ਦਾ। ਤੁਸੀਂ ਬੇਇੱਜ਼ਤੀ ਬੜੀ ਕਰਦੇ ਹੋ। ਬੇਇੱਜ਼ਤੀ ਨਹੀਂ ਜੀ, ਕੰਪਲੀਮੈਂਟ ਦੇ ਰਿਹਾ ਜੀ। ਨਾ ਜੀ, ਇੰਨਾ ਸੋਹਣਾ ਲੱਗ ਰਿਹਾ ਨਾ, ਕਿਆ ਹੀ ਬਾਤ ਹੈ। ਕਿੱਥੇ ਰਹਿੰਦੇ ਤੁਸੀਂ? ਰਾਜਪੁਰੇ। ਏਮ ਕੀ ਹੈ ਜੀ ਜ਼ਿੰਦਗੀ ਦੇ? ਮੈਂ ਬੈਂਕ ਜੌਬ ਕਰਦੀ ਹਾਂ। ਬੈਂਕ ਜੌਬ? ਬੈਂਕ ਜੌਬ ਕਰ ਰਹੀ ਹੈ ਥੋੜ੍ਹਾ ਜਿਹਾ। ਤੁਸੀਂ ਬੈਂਕ 'ਚ ਲੱਗ ਗਏ ਜੀ, ਠੀਕ ਹੈ ਜੀ। ਮੈਂ ਉਹ ਬੰਦਾ ਜੀ ਜਿਹੜਾ ਖਾਤੇ ਖੁੱਤੇ ਖੁਲਾਉਣਾ ਹੁੰਦਾ, ਨਵਾਂ ਖਾਤਾ ਖੁੱਲ੍ਹਣਾ। ਠੀਕ ਹੈ ਜੀ, ਠੀਕ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਦੱਸੋ ਕੀ ਕਰਨ ਆਏ ਹੋ? ਕੀ ਕਰਨਾ?
ਬੈਂਕ 'ਚ ਖਾਤਾ ਖਿਲਾਉਣਾ ਯਾਰ ਕਬੱਡੀ ਥੋੜੀ ਖੇਡਾਂਗੇ ਬਹੁਤ ਕੰਮ ਹੁੰਦੇ ਆ ਬੈਂਕ 'ਚ ਇਕੱਲਾ ਖਾਤਾ ਖਿਲਾਉਣਾ ਥੋੜਾ ਹੁੰਦਾ ਹੈ ਹਾਂਜੀ ਖਾਤਾ ਖਿਲਾਉਣਾ ਜੀ ਆਹ ਫਾਰਮ ਲੈ ਲਓ ਤੇ ਫਿਲ ਕਰ ਦਿਓ ਫਾਰਮ ਭਰਤਾ ਭਰ ਦਿਓ ਦੂਜਾ ਕਾਊਂਟਰ ਉੱਧਰ ਚਲੇ ਜਾਓ ਤੇ ਉੱਧਰ ਸਬਮਿਟ ਕਰਾ ਦਿਓ ਤੁਹਾਨੂੰ ਕਿਉਂ ਰੱਖਿਆ ਜੀ ਮੈਂ ਪਹਿਲਾਂ ਉੱਧਰ ਕਾਊਂਟਰ 'ਚ ਸਬਮਿਟ ਕਰਾਓਗੇ ਨਾ ਸਾਈਨ ਉੱਧਰ ਨਹੀਂ ਜਾਂਦਾ ਜੀ ਮੈਂ ਤਾਂ ਤੁਹਾਨੂੰ ਦੇਖ ਕੇ ਐਵੇਂ ਇੱਥੇ ਖਾਤਾ ਖਿਲਾਈਏ ਮੈਨੂੰ ਬੈਂਕ ਨਾਲ ਕੋਈ ਜਾਣ ਨਹੀਂ ਜੀ ਹਾਂ ਚਲੋ ਮੈਂ ਹੀ ਕਰ ਦਿੰਦੀ ਹਾਂ ਸਾਈਨ ਹੀ ਕਰਨੇ ਆ ਬਸ ਬਸ ਸਿਰਫ ਸਾਈਨ ਹੀ ਕਰਨੇ ਹਾਂਜੀ ਤੁਸੀਂ ਫਾਰਮ ਤਾਂ ਭਰੋ ਮੈਂ ਸਾਈਨ ਕਰ ਦਿੰਦੀ ਆ ਤੇ ਇਹ ਵੀ ਦੇਖੋ ਉਮਰ ਹੀ ਹੁੰਦੀ ਹੈ ਵੀ ਦੇਖੋ ਸਾਈਨ ਹੀ ਚੱਲਦੇ ਅੱਜ ਕੱਲ ਸਾਡੇ ਹੈ ਕਿ ਨਹੀਂ ਜੀ ਸਾਈਨ ਨਾਲ ਸਾਰਾ ਕੰਮ ਹੋ ਜਾਂਦਾ ਜੀ ਹਾਂਜੀ ਚਲੋ ਸਾਈਨ ਕਰਤੇ ਜੀ ਤੇ ਸਾਈਨ ਨੂੰ ਨਾ ਧਿਆਨ ਨਾਲ ਦੇਖਿਓ ਜੀ ਕਿਉਂ ਵਿੱਚੋਂ ਨੰਬਰ ਵੀ ਨਿਕਲਦਾ ਜੀ ਥੈਂਕ ਯੂ ਸੋ ਮਚ ਗੋਡ ਬਲੈਸ ਯੂ ਬਾਬਾ ਮਿਹਰ ਕਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਂ ਜੀ ਹਰਜਿੰਦਰ ਸਿੰਘ ਹਰਜਿੰਦਰ ਸਿੰਘ ਕੀ ਸੁਣਾਓਗੇ ਜੀ ਮੈਂ ਗੁਰਦਾਸ ਮਾਨ ਦਾ ਸੌਂਗ ਆਇਆ ਕੀ ਬਣੂ ਦੁਨੀਆ ਦਾ ਹਾਂਜੀ ਸੁਣਾਓ ਜੀ ਆਪਣੋ ਹੈਲੋ ਹੈਲੋ ਥੈਂਕ ਯੂ ਕਰਨ ਨੱਡੀਆਂ ਆ ਗਈਆਂ ਬਲੇ ਤੋਂ ਅੰਗਰੇਜ਼ ਵੱਡੀਆਂ ਆਈ ਡੋਨਟ ਲਾਈਕ ਦੀ ਪੰਜਾਬੀ ਹਿੰਦੀ ਨੂੰ ਸ਼ਰਮ ਨਹੀਂ ਆਉਂਦੀ ਸਾਨੂੰ ਗਾਲਾਂ ਦਿੰਦੀ ਸ਼ਰਮ ਨਹੀਂ ਆਉਂਦੀ ਸਾਨੂੰ ਗਾਲਾਂ ਦਿੰਦੀ ਨੂੰ ਨਸ਼ਿਆਂ ਨੇ ਪੱਟ ਤੇ ਪੰਜਾਬੀ ਗੱਭਰੂ ਤਿੜਕਣ ਹੱਡੀਆਂ ਵਜਾਉਣ ਡੰਮਰੂ ਰਾਤਾਂ ਨੇ ਰੰਗ ਨਕਲੀ ਜਵਾਨ ਚੜਦੀ ਦਿਲ ਮਿਲ ਕਿਤੇ ਅੱਖ ਕਿਤੇ ਲੜਦੀ ਕੈਮਰੇ ਮੂਰੇ ਧੱਕੇ ਨਾਲ ਆ ਗਏ ਨਿਆਣੇ ਮਸਤੀ ਆਪਾਂ ਇੱਦਾਂ ਹੀ ਜਾਰੀ ਰੱਖਾਂਗੇ ਰਿਮੋਟ ਨੂੰ ਬਿਲਕੁਲ ਹੱਥ ਨਹੀਂ ਲਾਉਣਾ ਮਿਲਦੇ ਆ ਜੀ ਇੱਕ ਛੋਟੇ ਜਿਹੇ ਵੈਲਕਮ ਬੈਕ ਆਫ ਦਾ ਬ੍ਰੇਕ ਕੰਟੀਨਿਊ ਮੰਡੀਰ ਦੇ ਵਿੱਚ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਜੀ ਪੀਐਮਐਨ ਕਾਲਜ ਰਾਜਪੁਰਾ ਹੁਣ ਵਾਰੀ ਆ ਗਈ ਜੀ ਟੀਚਰ ਸਾਹਿਬਾਨਾਂ ਨਾਲ ਗੱਲ ਕਰਨ ਦੀ ਇੱਥੋਂ ਦੇ ਅਤੇ ਪ੍ਰਿੰਸੀਪਲ ਸਰ ਨਾਲ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹੁੰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸ਼ੁਭ ਨਾਮ ਜੀ ਡਾਕਟਰ ਅਸ਼ਵਨੀ ਕੁਮਾਰ ਜੀ ਅਸ਼ਵਨੀ ਕੁਮਾਰ ਜੀ ਮੈਂ ਦੱਸਦਾ ਜੀ ਅੰਦਰ ਸਰ ਨੇ ਚਸ਼ਮਾ ਨਹੀਂ ਲਾਇਆ ਹੁਣ ਸਰ ਨੇ ਚਸ਼ਮਾ ਲਾ ਲਿਆ ਮੇਰਾ ਬੇਟਾ ਹੈ ਜੀ ਤੇ ਵਾਈਫ ਬਸ ਹੋਰ ਤਾਂ ਨਹੀਂ ਵਾਈਫ ਤਾਂ ਬਸ ਇੱਕ ਹੀ ਠੀਕ ਹੈ ਜੀ ਤੁਸੀਂ ਕਹਿੰਦੇ ਹੋ ਬੇਟਾ ਤੇ ਵਾਈਫ ਬਸ ਇਹੀ ਬਹੁਤ ਵਧੀਆ ਜੀ ਇੱਕੋ ਸਾਂਭੀ ਬੈਠੇ ਹੋ ਬਹੁਤ ਔਖਾ ਹੁੰਦਾ ਜੀ ਠੀਕ ਹੈ ਥੈਂਕ ਯੂ ਬਹੁਤ ਵਧੀਆ ਲੱਗੇ ਗੱਲ ਕਰਕੇ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਂ ਤੁਹਾਡਾ ਜੀ ਬਲਜਿੰਦਰ ਸਿੰਘ ਸੰਧੂ ਸਰ ਤੁਸੀਂ ਕਿੱਥੇ ਪੜ੍ਹੇ ਹੋ ਜੀ ਮੈਂ ਮਹਿੰਦਰਾ ਕਾਲਜ ਪਟਿਆਲਾ ਪਟਿਆਲਾ ਮਹਿੰਦਰਾ ਕਾਲਜ ਹਾਂਜੀ ਜਵਾਨੀ ਕਿੱਦਾਂ ਸੀਗੀ ਜੀ ਜਵਾਨੀ ਤਾਂ ਉਸ ਟਾਈਮ ਤਾਂ ਛੜੇ ਸੀਗੇ ਜੀ ਉਹ ਫਿਰ ਸਾਰੇ ਛੜੇ ਹੁੰਦੇ ਜੀ ਹਾਂਜੀ ਅਸੀਂ ਸੜੇ ਸੀਗੇ ਅੱਛਾ ਕਿਉਂਕਿ ਜਿਹੜਾ ਦੂਜਾ ਕੰਮ ਸੀਗਾ ਨਾ ਗੌਰਮੈਂਟ ਕਾਲਜ ਵੁਮੈਨ ਦੇ ਰੱਖਿਆ ਸੀਗਾ ਓਹੋ ਹੋ ਸੰਤ ਮਜਬੂਰਨ ਛੜੇ ਰੱਖਿਆ ਗਿਆ ਮਜਬੂਰੀ ਮਜਬੂਰਨ ਸਾਡਾ ਕਾਲਜ ਦੇ ਵਿੱਚ ਸਿਰਫ ਬੁਆਇਜ਼ ਸੀਗੇ ਜੀ ਸਿਰਫ ਬੁਆਇਜ਼ ਸੀਗੇ ਜੀ ਮੁੰਡੇ ਦਾ ਹੈ ਹੀ ਲੜਕੀਆਂ ਦਾ ਹੈ ਹੀ ਨਹੀਂ ਸੀਗੀਆਂ ਜਮਾਂ ਹੀ ਪਾਪਾ ਬੰਦ ਮੈਂ ਤੁਹਾਡੇ ਐਕਸਪ੍ਰੈਸ਼ਨ ਤੋਂ ਸਮਝ ਰਿਹਾ ਹਾਂਜੀ ਹਾਂ 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 ਤੁਸੀਂ ਤੁਹਾਨੂੰ ਕਹਿਣ ਦੀ ਲੋੜ ਹੀ ਨਹੀਂ ਤੇ ਸਰ ਹੋਰ ਸ਼ੌਂਕ ਜੀ ਗਾਣ ਦਾ ਗਾਣ ਦਾ ਹੈਗਾ ਜੀ ਸੁਣਾਓ ਜੀ ਤੂੰ ਵੀ ਵਿਚਾਰ ਲੈਣਾ ਵੀ ਹੈਗੀ ਹਾਂਜੀ ਹੁਣ ਹੈਗੀ ਹੈ ਹੈਗੀ ਇੱਥੇ ਨਹੀਂ ਅੱਛਾ ਗੱਡੀ ਚਾਬੀ ਗੱਡੀ ਹੈ ਮੈਂ ਵੀ ਕਹਾਂ ਇਹ ਕਿਹੜੀ ਤੂੰ ਵੀ ਮੇਰੇ ਲਿਪੋ ਕੇ ਕਿ ਵਾਈਫ ਕਿੱਥੇ ਲੱਗੇ ਜੀ ਉਹ ਮਤਲਬ ਕਿ ਸੱਚ ਦੱਸਿਓ ਜੀ ਹਾਂ ਮੈਂ ਕਿਹੜਾ ਝੂਠ ਬੋਲਦਾ ਹਾਂ ਜੀ ਹਾਂ ਝੂਠ ਬੋਲਣਾ ਰਾਤ ਮਤਲਬ ਸ਼ਾਮ ਨੂੰ ਫੜਨ ਲਊਗੀ ਮੈਨੂੰ ਬਿਲਕੁਲ ਜੀ ਡਰਦੇ ਹੋ ਜੀ ਡਰਦੇ ਪੱਕਾ ਅੱਛਾ ਇੰਨਾ ਡਰਦਾ ਤਾਂ ਇੰਨਾ ਨਾ ਕਈ ਵਾਰੀ ਮਤਲਬ ਕਿ ਜੇ ਰਾਤ ਨੂੰ ਡਰ ਗਿਆ ਸਵੇਰੇ ਉੱਠ ਕੇ ਭਾਗ ਮਾਰਦੇ ਪਰ ਮਾਫ ਕਰੀ ਹੈ ਹੀ ਇੱਦਾਂ ਜੀ ਛੜੇ ਬੰਦਾ ਜਿੰਨਾ ਮਰਜ਼ੀ ਮੇਰੇ ਵਾਂਗੂ ਚੌੜਾ ਹੋ ਜਾਵੇ ਸ਼ੇਰ ਬਣੀ ਜਾਂਦੇ ਪਰ ਵਿਆਹ ਤੋਂ ਬਾਅਦ ਇਹ ਤਾਂ ਹੋਣਾ ਹੀ ਹੋਣਾ ਵਿਆਹ ਤੋਂ ਪਹਿਲਾਂ ਜਿਹੜੇ ਮੁੰਡੇ ਛੇਰ ਹੁੰਦੇ ਆ ਨਾ ਵਿਆਹ ਤੋਂ ਬਾਅਦ ਗਿੱਦੜ ਬਣ ਜਾਂਦੇ ਆ ਫਿਰ ਮੇਰਾ ਵੀ ਇਹੀ ਹਾਲ ਹੋਵੇਗਾ ਵਿਆਹ ਤਾਂ ਉਹ ਚੀਜ਼ ਆ ਜਿਹਦਾ ਜਿਹੜਾ ਹੀਰੋ ਹੈ ਨਾ ਪਹਿਲੇ ਅਧਿਆਇ ਦੇ ਵਿੱਚ ਹੀ ਮਰ ਜਾਂਦਾ ਪਹਿਲੇ ਜੀ ਮਰ ਜਾਂਦਾ ਫਿਰ ਹੀਰੋ ਨਹੀਂ ਰਹਿੰਦੀ ਇੱਕ ਸਾਰੀ ਜ਼ਿੰਦਗੀ ਵਿਆਹ ਤਾਂ ਉਹ ਚੀਜ਼ ਹੈ ਨਾ ਜਿਹਦਾ ਜਿਹਦਾ ਕਿ ਮੁੱਲ ਹੈ ਬੰਦਾ ਸਾਰੀ ਉਮਰ ਤਾਰਦਾ ਰਹਿੰਦਾ ਉਧਾਰੀ ਲਈ ਹੋਈ ਹੈ ਨਾ ਅੱਛਾ ਉਧਾਰੀ ਹਾਂ ਉਧਾਰੀ ਹੈ ਸਾਰੀ ਉਮਰ ਤਾਰਦਾ ਰਹਿੰਦਾ ਹੈ ਨਾ ਬਿਲਕੁਲ ਜੀ ਬਿਲਕੁਲ ਬਿਲਕੁਲ ਤੂੰ ਵੀ ਆ ਗਈ ਜੀ ਓ ਇਹ ਇੱਕ
ਅਕਬਰ ਬਾਦਸ਼ਾਹ ਸਦ ਜੈਮਲ ਨੂੰ ਦਰਬਾਰ ਤੈਨੂੰ ਉੱਚੇ ਆਉਂਦੇ ਲਾ ਦਿਆਂ ਤੈਨੂੰ ਉੱਚੇ ਆਉਂਦੇ ਲਾ ਦਿਆਂ ਤੂੰ ਜਾਵੇਂ ਸਿਪਾਸਲਾਰ ਦੇ ਡੋਲਾ ਆਪਣੀ ਧੀ ਦਾ ਡੋਲਾ ਆਪਣੀ ਧੀ ਦਾ ਡੋਲਾ ਆਪਣੀ ਧੀ ਦਾ ਮੇਰੇ ਮਹਿਲੀ ਬਣੇ ਸ਼ਿੰਗਾਰ ਯਾਰੋ ਅੱਗਿਓਂ ਜੈਮਲ ਬੋਲਦਾ ਓਕੇ ਜੀ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਨਾਮ ਜੀ ਮਾਈਸੈਲਫ ਪਾਰੁਲ ਰਾਏ ਜ਼ਾਦਾ ਓਕੇ ਜੀ ਅਤੇ ਤੁਸੀਂ ਕੀ ਪੜ੍ਹਾਉਂਦੇ ਜੀ ਇੱਥੇ ਮੈਂ ਇੱਥੇ ਐਚ ਓ ਡੀ ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਓਕੇ ਪਾਰੁਲ ਮੈਮ ਗੱਲ ਇੱਦਾਂ ਵੀ ਤੁਸੀਂ ਜਰਨਲਿਜ਼ਮ ਵਾਲੇ ਹੈ ਨਾ ਹੈਡ ਆਫ ਦਾ ਡਿਪਾਰਟਮੈਂਟ ਹੈਗੇ ਬਿਲਕੁਲ ਤੁਸੀਂ ਸਾਡੇ ਐਮ ਐਚ ਵਨ ਨਿਊਜ਼ ਦੇ ਰਿਪੋਰਟਰ ਬਣ ਗਏ ਜੀ ਠੀਕ ਹੈ ਜੀ ਮਾਈਕ ਫੜੋ ਜੀ ਥੈਂਕ ਯੂ ਜੀ ਐਮ ਐਚ ਵਨ ਨਿਊਜ਼ ਪੇ ਐਕਸਕਲੂਸਿਵ ਰਿਪੋਰਟ ਹਮਾਰੇ ਹੱਥ ਲਗਾ ਹੈ ਇੱਕ ਬਹੁਤ ਹੀ ਜ਼ਬਰਦਸਤ ਕਾਤਿਲ ਜਿਸ ਨੇ ਇੱਕ ਐਸਾ ਕਤਲ ਕੀਆ ਹੈ ਕਿਨੇ ਕਿਤੇ ਤੁਸੀਂ ਕੀਤਾ ਮੈਂ ਕੀਤਾ ਜੀ ਤੁਸੀਂ ਦੁਨੀਆ ਦਾ ਸਭ ਤੋਂ ਵੱਡਾ ਕਤਲ ਕੀਤਾ ਹੈ ਹਾਂ ਜੀ ਤੁਸੀਂ ਜ਼ੁਲਮ ਕੀਤਾ ਹੈ ਐਸਾ ਪੁਲਿਸ ਤੁਹਾਨੂੰ ਇਹ ਜੀ ਪਨਿਸ਼ਮੈਂਟ ਦੇਗੀ ਕਿ ਤੁਸੀਂ ਯਾਦ ਰੱਖੋਗੇ ਹਾਂ ਜੀ ਗਲਤ ਨਹੀਂ ਹੋਈ ਨਹੀਂ ਟੀਵੀ ਚੈਨਲ ਤੇ ਹੈਗੇ ਸਾਡੇ ਟੀਵੀ ਦਾ ਇਹ ਕਤਲ ਕਤਲ ਦਾ ਹੁੰਦੇ ਰਹਿੰਦੇ ਆ ਅੱਛਾ ਆ ਗਏ ਜੀ ਮੈਂ ਟੀਵੀ ਤੇ ਅਬ ਆਪਕੀ ਬਾਤ ਕਰਾਤੇ ਹੈ ਉਸ ਕਾਤਿਲ ਸੇ ਕਤਲ ਕੈਸੇ ਹੁਆ ਕਤਲ ਦਾ ਨਾਮ ਨਾ ਦਿਓ ਜੀ ਇਹਨੂੰ ਕਤਲ ਨਹੀਂ ਹੈਗਾ ਕਤਲ ਹੀ ਸੀਗਾ ਤੁਹਾਡੀ ਗੱਡੀ ਅੱਗੇ ਆ ਕੇ ਕੁੱਤਾ ਮਰਿਆ ਤੇ ਤੁਸੀਂ ਉਹਦਾ ਕਤਲ ਹੀ ਕੀਤਾ ਮੈਂ ਸੀਗਾ ਜੀ 70 ਦੀ ਸਪੀਡ ਤੇ ਜੀ ਹੈਨਾ ਜੀ ਕੁੱਤਾ ਜੀ ਆਇਆ ਸੱਜੇ ਪਾਸੇ ਨੂੰ ਉਹ ਤਾਂ ਪੂਰਾ ਜਾਨ ਸੀਗੀ ਜੀ ਉਹ ਤੇ ਕੁੱਤੇ ਤੇ ਜਦੋਂ ਵੱਜਿਆ ਜੀ ਗੱਡੀ 'ਚ ਕਰਦਾ ਉਹ ਕੀਤਾ ਤੇ ਤੁਹਾਨੂੰ ਲੱਗਿਆ ਨਹੀਂ ਤੁਹਾਡੇ ਅੱਗੇ ਆ ਰਹੇ ਤੁਸੀਂ ਪਹਿਲਾਂ ਹੀ ਬ੍ਰੇਕ ਮਾਰ ਲਓ ਨਹੀਂ ਮੈਂ ਬ੍ਰੇਕ ਤਾਂ ਮਾਰੀ ਸੀਗੀ ਜੀ ਥੱਲੇ ਆ ਗਏ ਜੀ ਅਗਲਾ ਉਹ ਭੋਗਣੀ ਹੁੰਦੀ ਹੈ ਜੀ ਜ਼ਿੰਦਗੀ ਅਗਲੇ ਨੇ ਕੀ ਪਤਾ ਹੁਣ ਬੰਦਾ ਬਣ ਜੂਗਾ ਜੀ ਜਾ ਕੇ ਹਨਾ 365 ਭੋਗਣੀ ਹੁੰਦੀ ਹੈ ਜ਼ਿੰਦਗੀ ਅਗਲਾ ਵਧੀਆ ਹੋ ਗਿਆ ਮੇਰੇ ਹਿਸਾਬ ਨਾਲ ਤੁਸੀਂ ਉਹਨੂੰ ਹਸਪੀਟਲ ਲੈ ਕੇ ਜਾਣ ਤੱਕ ਦੀ ਵੀ ਹਿੰਮਤ ਨਹੀਂ ਕੀਤੀ ਹਸਪੀਟਲ ਜੀ ਹਸਪੀਟਲ ਦੇ ਬੰਦੇ ਨੂੰ ਲੈ ਕੇ ਜਾਂਦੇ ਕੁੱਤੇ ਨੂੰ ਥੱਲੇ ਜੀ ਮੈਂ ਉਹਦਾ ਮੂੰਹ ਖੁੱਲਾ ਸੀਗਾ ਜੀ ਮੈਂ ਉਹਦੇ ਉਂਗਲੀ ਮਾਰੀ ਵੀ ਸਾਰੇ ਮੈਨੂੰ ਵੀ ਵੱਢ ਵੱਢ ਉਹ ਨਹੀਂ ਵੱਢਿਆ ਜੀ ਫਿਰ ਪੂਰਾ ਹੋ ਗਿਆ ਜੀ ਮੈਮ ਕੋਈ ਗੀਤ ਸੁਣਾਓ ਜੀ ਉਹੀ ਬਾਰੀਆਂ ਤੇ ਨਾਲੇ ਕੰਧਾਂ ਟੱਪ ਕੇ ਬੂਹੇ ਬਾਰੀਆਂ ਤੇ ਨਾਲੇ ਕੰਧਾਂ ਟੱਪ ਕੇ ਮੈਂ ਆਵਾਂਗੀ ਹਵਾ ਬਣ ਕੇ ਬੂਹੇ ਬਾਰੀਆਂ ਹਾਏ ਬੂਹੇ ਬਾਰੀਆਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਂ ਜੀ ਦੀਪਿਕਾ ਇਹ ਤਾਂ ਐਂ ਲੱਗਦਾ ਵੀ ਹੁਣੇ ਹੀ ਤਾਜ਼ੇ ਤਾਜ਼ੇ ਫੇਰੇ ਹੋਏ ਆ ਤੇ ਉਹ ਫੋਟੋਗ੍ਰਾਫਰ ਫੋਟੋ ਸ਼ੂਟ ਜੇ ਨਹੀਂ ਕਰਾਉਂਦੇ ਹੁੰਦੇ ਨਾਲ ਹੀ ਲਹਿੰਗੇ ਲੁੰਗੇ ਜੀ ਪਾ ਕੇ ਆ ਗਏ ਬਸ ਇਹਨੂੰ ਤੁਸੀਂ ਪਹਿਲਾਂ ਹੀ ਉੱਚਾ ਸਵਾਲਿਆ ਕਰੋ ਜੀ ਕਿਉਂ ਕਿਉਂਕਿ ਜਦੋਂ ਤੁਸੀਂ ਤੁਰਦੇ ਹੋ ਨਾ ਜੀ ਫਿਰ ਐਂ ਜੇ ਪਾਰਟੀ ਨੋ 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 ਆਈ ਡੋਨਟ ਟੱਚ ਇਟ ਅੱਛਾ ਨੋਟ ਲਾਈਕ ਦਿਸ ਓਏ ਹੋਏ 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 ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਵਧੀਆ ਨਾਲੇ ਇਹ ਵੀ ਚਲੋ ਸਾਫ਼ ਹੁੰਦਾ ਜਾਂਦਾ ਸਾਰਾ ਨਹੀਂ ਉੱਚਾ ਉੱਚਾ ਥੋੜਾ ਸਾ ਅੱਛਾ ਥੋੜਾ ਤਾਂ ਉੱਚਾ ਉਹਦਾ ਗਿੱਟੇ ਤੱਕ ਰੱਖਿਆ ਦਰਜੀ ਨੂੰ ਪਹਿਲਾਂ ਗਿਆ ਸੀ ਬਿਲਕੁਲ ਇਹ ਨਾ ਗਿੱਟੇ ਤੱਕ ਕੀ ਆ ਵਾਢੂੰਗੀ ਸੱਚ ਮੈਂ ਸੱਚ ਮੈਂ ਬਿਲਕੁਲ ਠੀਕ ਬਹੁਤ ਵਧੀਆ ਜੀ ਅੱਛਾ ਮੁਬਾਰਕਾਂ ਨਾਲੇ ਜੀ ਥੈਂਕ ਯੂ ਕਾਹਦਾ ਭਲਾ ਹਾਂਜੀ 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 ਯਾਰ ਠੀਕ ਹੈ ਠੀਕ ਹੈ ਕਿੰਨਾ ਚਿਰ ਹੋ ਗਿਆ ਜੀ 4 months 4 ਮਹੀਨੇ ਹੋ ਗਏ ਜੀ ਠੀਕ ਚੱਲ ਰਹੀ ਲਾਈਫ ਆਸਮ ਆਸਮ ਬਹੁਤ ਵਧੀਆ ਜੀ ਬਾਬਾ ਤਰੱਕੀ ਦੇਵੇ ਜੀ ਗੋਡ ਬਲੈਸ ਯੂ ਬੋਥ ਤੇ ਕੋਈ ਵੀ ਗੀਤ ਜੀ ਜ਼ਰਾ ਜ਼ਰਾ ਹੈ ਰੋਸ਼ਨੀ ਸੇ ਜੈਸੇ ਭਰਾ ਹਰ ਦਿਲ ਮੇਂ ਅਰਮਾਂ ਹੋਤੇ ਤੋ ਹੈ ਹਰ ਦਿਲ ਮੇਂ ਅਰਮਾਂ ਹੋਤੇ ਤੋ ਹੈ ਬਸ ਕੋਈ ਸਮਝੇ ਜ਼ਰਾ ਥੈਂਕ ਯੂ ਸੋ ਮਚ ਗੋਡ ਬਲੈਸ ਯੂ ਗੋਡ ਬਲੈਸ ਯੂ ਬਹੁਤ ਵਧੀਆ ਹੋਇਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਨਾਂ ਜੀ ਸ਼ੀਤਲ ਸ਼ੀਤਲ ਜੀ ਤੁਹਾਨੂੰ ਵੀ ਢੇਰ ਸਾਰੀਆਂ ਮੁਬਾਰਕਾਂ ਥੈਂਕ ਯੂ ਤੇ ਤੁਹਾਡੇ ਠੀਕ ਹੈ ਸਰਦਾਰ ਸਾਹਿਬ ਹਾਂਜੀ ਟਾਈਮ ਸਿਰ ਆਉਂਦੇ ਜੀ ਹਾਂਜੀ ਪੂਰਾ ਗਿਣਾ ਮੰਨਦੇ ਜੀ ਹਾਂਜੀ ਡਿਪੈਂਡਸ ਅਪਨ ਜੌਬ ਅੱਛਾ ਜੀ ਤੁਸੀਂ ਵੀ ਮੰਨਦੇ ਹੋ ਕਿ ਨਹੀਂ ਜੀ ਮੈਂ ਥੋੜਾ ਬਹੁਤ ਤੇ ਕੁੜੀਆਂ ਨੂੰ ਇਹ ਤਾਂ ਨਹੀਂ ਕਹਿੰਦੇ ਰਹਿੰਦੇ ਵੀ ਬਸ ਤੁਸੀਂ ਹਾਂ ਦੱਬ ਕੇ ਰੱਖਣਾ ਇਹ ਤਾਂ ਨਹੀਂ ਇਹ ਬਾਈ ਜੀਨਸ ਹੀ ਆ ਉਹਨਾਂ ਅੱਛਾ ਤੇ ਪਿੱਛੋਂ ਹੀ ਹੈ ਇਹ ਤਾਂ ਗੁਣ ਪਹਿਲਾਂ ਹੀ ਹੈਗਾ ਠੀਕ ਹੈ ਵਿਆਹ ਤੋਂ ਪਹਿਲਾਂ ਦੀ ਲਾਈਫ ਤੇ ਵਿਆਹ ਤੋਂ ਬਾਅਦ ਦੀ ਲਾਈਫ ਦਾ ਕਿੰਨਾ ਕੁ ਡਿਫਰੈਂਸ ਲੱਗਿਆ ਤੁਹਾਨੂੰ ਰਿਸਪਾਂਸਿਬਿਲਿਟੀਜ਼ ਵੱਧ ਜਾਂਦੀਆਂ ਆਪਕੋ ਮੈਨੇਜ ਕਰਨਾ ਪੜਤਾ ਹੈ ਘਰ ਬਿਫੋਰ ਮੈਰਿਜ ਯੂ ਆਰ ਫ੍ਰੀਡਮ ਆਪ ਕਹੀਂ ਵੀ ਫ੍ਰੀਲੀ ਮੂਵ ਕਰ ਸਕਤੇ ਹੋ ਬਟ ਆਫਟਰ ਮੈਰਿਜ ਆਪਕੋ ਸਾਰੀ ਸਿਚੁਏਸ਼ਨਸ ਦੇਖ ਕੇ ਕਰਨਾ ਪੜਤਾ ਹੈ ਅੱਛਾ ਜੀ ਅੱਛਾ ਵਿਆਹ ਤੋਂ ਬਾਅਦ ਕਦੇ ਐ ਹੋਇਆ ਵੀ ਸਰਦਾਰ ਸਾਹਿਬ ਤੁਹਾਡੇ ਹਸਬੰਡ ਜੀ ਤੋਂ ਲੇਟ ਪਹੁੰਚੇ ਹੋਣ
हाँ जी बहुत टाइम ते तुसी थोड़ा उन्हें डांटे होवे जी फोन ते हो ही जांदे कदे कदे जी ना फोन करना यू नो की नाम है शुभ नाम उनका चिराग चावला टिंग टोंग यार 10 बज गए हेलो हाँ जी चिराग चिराग ही है तक तां किथे हो हाँ जी किथे ऑफिस सीगा किन्नी देर है होर जी जिंदगी च के ऑफिस ऑफिस जिंदगी तो है जी ऑफिस भी 20 मिनट लगन गए जी आपको पता नहीं है क्या टाइम हो गया है टाइमली आना चाहिए घर हाँ जी हाँ जी क्या हाँ जी एक तो हाँ जी करो जी ये हाँ बोलो फिर कहना हाँ क्यों बोल रहे हैं नहीं नहीं आप हाँ बोलो पर टाइमली आओ जाम भी लग जाता जी नहीं टाइम ट्रैफिक नहीं होता अच्छा जी हाँ रोज का ट्रैफिक नहीं होता मैंने आपके साथ कितनी बार तो विजिट किया है टाइमिंग्स में अच्छा 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 ये शुक्र है जी मेरे साथ ही किया है विजिट मैंने तो हॉल पे गए थे आप बस फालतू की बातें नहीं करना जल्दी आओ आई एम वेटिंग फॉर द डिनर की बनाया जी शाही पनीर ओही पनीर कल लड़ा नहीं कल तो दाल खाई थी ओ यार ओ क्या दाल खाई थी कल ठीक है वेट करती हो तुम लेकिन पनीर बनार बढ़िया नहीं बनाती तुम यार चिराग मैं अच्छा नहीं बनाती हैं अच्छा नहीं बनाती मैं आटा मुझे करा करो गल थोड़ा लादा भी सरदार दी टोर है बहुत अच्छा बनाती हो जी आ गया आ जा थैंक यू सो मच गॉड ब्लेस शरारत कर लेंगे इसे करके नहीं की कदो इरादा जी करा मंत्री पालो कि रखनी बनी फिर गलत काम जाते पढ़ी लिखी दूजी क्वालिटी की ओ बस सिंसियर होवे अपनी लाइफ प्रति अच्छा जी तोडे प्रति जी साडे प्रति भी होगी सर लाइफ प्रति होगा मनुख अच्छा जी तीजी सर दूजी अपनी जड़ा तीजी सर हां जी तीजी पहुंच गई सर पेरेंट्स दा जड़ा सत्कार करती हो सत्कार सेवा करदे हो जी हां मैं आप कीती है ना सर खुद बहुत बढ़िया अच्छा कदे सोचदे हुंदे हो भी यार ब्याह तो बाद किते एहो जी ने टक्कर जे भी कदे दबे रही है ਨਹੀਂ ਸਰ ਮੈਂ ਕਦੇ ਸ਼ੇਰ ਬਣ ਕੇ ਰਵਾਂਗੇ ਬਿਲਕੁਲ ਪੱਕੀ ਗੱਲ ਹੈ ਦੇਖਦੇ ਸਾਨੂੰ ਲਾਈਫ ਤੋਂ ਬਾਅਦ ਪਤਾ ਲੱਗੂ ਵਿਆਹ ਤਾਂ ਆਪਾਂ ਪਹਿਲਾਂ ਤਾਂ ਪੂਰੀ ਕੋਸ਼ਿਸ਼ ਕਰਾਂਗੇ ਸੋਚਿਆ ਕਰੋ ਵੀ ਦੇਖਦੇ ਆ ਪਹਿਲਾਂ ਵੀ ਡਟ ਕੇ ਰਹਿ ਕਰੋ ਵੀ ਹਾਂ ਸ਼ੇਰ ਬਣ ਕੇ ਰਵਾਂਗੇ ਬਿਲਕੁਲ ਸਰ ਡਟ ਕੇ ਰਵਾਂਗੇ ਚਲੋ ਠੀਕ ਹੈ ਜੀ ਬਹੁਤ ਛੇਤੀ ਵਿਆਹ ਹੋਵੇ ਫਿਰ ਆ ਕੇ ਭੰਗੜੇ ਭੰਗੜੇ ਪਾਈਏ ਜੀ ਥੈਂਕ ਯੂ ਸਰ ਤੁਹਾਨੂੰ ਜ਼ਰੂਰ ਬੁਲਾਵਾਂਗੇ ਮੈਂ ਤਾਂ ਇੰਨਾ ਭੰਗੜਾ ਪਾਉਂਦਾ ਵੀ ਉਹ ਫਸ ਗਿਆ ਤੁਹਾਡਾ ਨਾਮ ਜੀ ਕੁਲਵਿੰਦਰ ਕੌਰ ਓਕੇ ਤੁਸੀਂ ਕੀ ਪੜਾਉਂਦੇ ਜੀ ਇੱਥੇ ਮੈਂ ਮੈਨੇਜਮੈਂਟ ਸਬਜੈਕਟਸ ਪੜਾਉਂਦੀ ਹਾਂ ਮੈਨੇਜਮੈਂਟ ਕੋਈ ਹਾਈ ਤੱਕ ਦਾ ਕਿੱਸਾ ਹੋਵੇ ਜੀ ਸਟੂਡੈਂਟ ਦਾ ਕੋਈ ਵਧੀਆ ਜਿਹਾ ਸਟੂਡੈਂਟਸ ਦੇ ਕਿੱਸੇ ਤਾਂ ਬਹੁਤ ਹੁੰਦੇ ਰਹਿੰਦੇ ਨੇ ਹਾਂਜੀ ਜਿੱਦਾਂ ਸਾਡੇ ਕਾਲਜ ਕਿਆ ਹੁੰਦਾ ਅਟੈਂਡੈਂਸ ਸ਼ਾਰਟ ਹੋ ਜਾਂਦੀ ਹੈ ਬੱਚਿਆਂ ਦੀ ਐਂਡ ਚ ਅਸੀਂ ਰੋਲ ਨੰਬਰ ਨਹੀਂ ਦਿੰਦੇ ਬੱਚਿਆਂ ਨੂੰ ਹਾਂਜੀ ਹਾਂਜੀ ਅਸੀਂ ਕਹਿੰਦੇ ਆ ਬੱਚਿਆਂ ਨੂੰ ਪੇਰੈਂਟਸ ਬੁਲਾਉਂਦੇ ਆ ਵੀ ਪੇਰੈਂਟਸ ਨੂੰ ਬੁਲਾ ਕੇ ਲੈ ਕੇ ਆਓ ਓਕੇ ਜੀ ਤੇ ਬਹੁਤ ਬੱਚੇ ਹੁੰਦੇ ਨੇ ਇਹੋ ਜਿਹੇ ਵੀ ਜਿਹੜੇ ਨਕਲੀ ਪੇਰੈਂਟਸ ਲਿਆਉਂਦੇ ਨੇ ਅੱਛਾ ਡੈਡੀ ਵੀ ਨਕਲੀ ਹਾਂਜੀ 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 ਤੇ ਇੱਕ ਸਟੂਡੈਂਟ ਸੀਗਾ ਉਹ ਆਪਣੇ ਨਕਲੀ ਫਾਦਰ ਨੂੰ ਲਿਆਇਆ ਤੇ ਉਮਰ ਕਿੰਨੀ ਸੀਗੀ ਫਾਦਰ ਦੀ ਫਾਦਰ ਦੀ ਉਮਰ ਫਾਦਰ ਵਾਲੀ ਸੀਗੀ ਅੱਛਾ ਕਿਰਾਏ ਤੇ ਲੈ ਕੇ ਆਉਂਦਾ ਪਰ ਕਿਰਾਏ ਤੇ ਲੈ ਕੇ ਆਉਂਦਾ ਅੱਛਾ ਪਰ ਹਾਂ ਬੱਚਾ ਬੜਾ ਸਪਾਈਕਸ ਵਗੈਰਾ ਸਾਡੇ ਵਾਂਗੂ ਖੜੇ ਕੀਤੇ ਹੋਏ ਬਾਪੂ ਨੇ ਲੋਈ ਦੀ ਬੁੱਕਲ ਮਾਰੀ ਹੋਈ ਸੀਗੀ ਹਾਂਜੀ 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 ਪਤਾ ਚੱਲ ਗਿਆ ਸੀ ਵੀ ਨਹੀਂ ਸੇਮ ਕਰਦੇ ਨਹੀਂ ਹੈਗੇ ਅੱਛਾ ਫਿਰ ਬਾਪੂ ਨੂੰ ਹੀ ਅਸੀਂ ਇੰਟੈਰੋਗੇਟ ਕਰਨਾ ਸ਼ੁਰੂ ਕਰਤਾ ਪਹਿਲੀ ਗੱਲ ਇੱਕੋ ਗੱਲ ਪੁੱਛੀ ਤੁਹਾਡੀ ਵਾਈਫ ਦਾ ਨਾਂ ਕੀ ਹੈ ਮਤਲਬ ਬੱਚੇ ਦੀ ਮਦਰ ਦਾ ਨਾਂ ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਵੈਸੇ ਵੀ ਭੁੱਲ ਜਾਂਦੇ ਜੀ ਬੰਦੇ ਪਿੰਡ ਦਾ ਨਾਂ ਕੁਛ ਤਾਂ ਪਤਾ ਹੋਵੇ ਬੱਚੇ ਦਾ ਸਰਨੇਮ ਹੀ ਪਤਾ ਹੋਵੇ ਕਿ ਹਾਂ ਮੇਰਾ ਬੇਟੇ ਦਾ ਸਰਨੇਮ ਕੀ ਹੈ ਉਹ ਕੁਛ ਨਹੀਂ ਪਤਾ ਸੀਗਾ ਇਸ ਟਾਈਪ ਦੇ ਇਨਸੀਡੈਂਟਸ ਬਹੁਤ ਹੁੰਦੇ ਨੇ ਅੱਛਾ ਜੀ ਫਿਰ ਤੁਸੀਂ ਕਿਵੇਂ ਟੈਕਲ ਕਰਦੇ ਹੋ ਬੱਚੇ ਨੂੰ ਡਾਂਟਦੇ ਨਹੀਂ ਉਸ ਵਾਰ ਬੱਚੇ ਨੂੰ ਵੀ ਡਾਂਟਦੇ ਨਾਲੇ ਬਾਪੂ ਨੂੰ ਵੀ ਡਾਂਟਦੇ ਤੈਨੂੰ ਪੁਲਿਸ ਫੜਾ ਦੇਣਾ ਵੀ ਤੂੰ ਨਕਲਾ ਬਾਪੂ ਬਣ ਕੇ ਆਉਂਦਾ ਅਗਰ ਕਹਿੰਦਾ ਬੱਚੇ ਨੇ ਮੈਨੂੰ 500 ਰੁਪਇਆ ਦਿਆ ਸੀਗਾ ਜੀ ਦਿਹਾੜੀ ਬਣ ਗਈ ਸੀ ਅੱਛਾ 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 ਬਹੁਤ ਵਧੀਆ ਜੀ ਵੈਸੇ ਇਹ ਤੁਹਾਨੂੰ ਜਿਹੜੀ ਸ਼ਰਾਰਤ ਸੀਗੀ ਜੀ ਬੱਚਿਆਂ ਦਾ ਕੀ ਦਿਮਾਗੀ ਤਾਂ ਹੁੰਦੇ ਜੀ ਮੁੰਡੇ ਹਨਾ ਜੀ ਇੱਕ ਸਕੀਮ ਹੀ ਹੈ ਵੀ ਇਹ ਦਿਮਾਗ ਨਾ ਚੱਲਦਾ ਹੋਵੇ ਕੌਣ ਖੜਾ ਕਰਦਾ ਪਰ ਟੀਚਰ ਉਹ ਤੋਂ ਵੀ ਵੱਧ ਦਿਮਾਗੀ ਹੈ ਨਾ ਦੇਖ ਕੇ ਪਤਾ ਚੱਲ ਗਿਆ ਵੀ ਹਾਂ ਮਾਂ ਦਾ ਨਾਂ ਦੱਸ ਦੇ ਪਤਾ ਚੱਲ ਜੂਗਾ ਟੀਚਰ ਉਹ ਤੋਂ ਵੱਧ ਸਕੀਮੀ ਹੈ ਸੋਚੋ ਤੂੰ ਟੀਚਰ ਪੜ੍ਹਦੇ ਹੋਣਗੇ ਉਦੋਂ ਕੀ ਕਰਦੇ ਹੋਣਗੇ ਅਸੀਂ ਵੀ ਬਹੁਤ ਕੁਝ ਕਰਦੇ ਹਾਂ ਇਹ ਵੀ ਕਹੋ ਨਾ ਵੀ ਬੱਚੇ ਨਹੀਂ ਬਹੁਤ ਵਧੀਆ ਜੀ ਟੀਚਰ ਅਤੇ ਸਟੂਡੈਂਟ ਦਾ ਰਿਲੇਸ਼ਨ ਇੱਦਾਂ ਹੀ ਹੁੰਦਾ ਜੀ ਹੈ ਨਾ ਗਲਤੀਆਂ ਫੜੀਆਂ ਹੁੰਦੀਆਂ ਬਹੁਤ ਵਧੀਆ ਲੱਗਿਆ ਜੀ ਗੱਲ ਕਰਕੇ ਤੁਸੀਂ ਇੰਸੀਡੈਂਟ ਦੱਸਿਆ ਜੀ ਇਹ ਵਾਲਾ ਚੰਗਾ ਲੱਗਿਆ ਥੈਂਕ ਯੂ ਸੋ ਮਚ ਪੰਜਾਬੀ ਨਹੀਂ ਆਉਂਦੀ ਹਮ ਹਿੰਦੀ ਬੋਲਾਂਗੇ ਦੇਖੀ ਓਏ ਹਮਾਰੀ ਹਿੰਦੀ ਲਾਹੌਰ ਤੱਕ ਸੁਣਤੀ ਹੈ ਜਨਤਾ ਆਪ ਕੈਨੇਡਾ ਅਮਰੀਕਾ ਆਸਟ੍ਰੇਲੀਆ ਸਭ ਥਾਈਂ ਪਹੁੰਚ ਗਏ ਇਹ ਟੀਵੀ ਹਮਾਰਾ ਪੂਰਾ ਦੇਖੋ ਔਰ ਸੁਣਾਓ ਜੀ ਕੀ ਹਾਲ ਚਾਲ ਹੈ ਬੜੀਆ ਕੀ ਨਾਮ ਹੈ ਜੀ ਨੀਤਿਕਾ ਨੀਤਿਕਾ ਕਹਾਂ ਸੇ ਕਰਤੇ ਹੋ ਜੀ ਬਿਲੋਂਗ ਰਾਜਪੁਰਾ ਸੇ ਹੀ ਰਾਜਪੁਰਾ ਇਹ ਜੋ ਰਾਜਪੁਰਾ ਬੋਲਾ ਹੈ ਜੋ ਪੰਜਾਬੀ ਟੋਨ ਮੇਂ ਹੀ ਬੋਲਾ ਹੈ ਥੋੜਾ ਥੋੜਾ ਹਾਂ ਟ੍ਰਾਈਂਗ ਪਰਿਵਾਰ ਮੇਂ ਕੌਣ ਕੌਣ ਹੈ ਜੀ ਇੱਕ ਬੇਟਾ ਹੈ ਹਾਂ ਜੀ ਹਸਬੰਡ ਹੈ
ऐसे बड़े हंसे जी। बेटे मेरी बहुत खुश है, अभी एक बेटा है हस्बैंड है। खुशी क्या करो जी, भी एक बेटा है और एक हस्बैंड है, क्या करो जी? एक हस्बैंड है एक बेटा। वो हस्बैंड तो एक ही होगा जी, हूँ तुम कहो जी एक बेटा है और हस्बैंड है, प्यार ना पता नहीं टीओ देखते होंगे खुश तो होगी थोड़ी जी। मेरे हस्बैंड है एक बेटा है। बहुत वधिया बहुत वधिया, हुण कहंदे होणगे विवाह जी। ते पेका घर थोड़ा कित्थे जी? राजपुरा ही। राजपुरा जी, ब्याह भी राजपुरा जी? ये इत्थे रीत है जी भी राजपुरे वाली राजपुरे ब्याह। पंजाबी कम ही समझ आती है मुझे शुरू से। अच्छा जी। एक लड़का था वो पता नहीं पंजाबी में क्या बोल जाता था। आपको एक, बोल जाता था? हाँ, मुझे बोल जाता था। पूरा बोलो ना फिर। एक फ्रेज मुझे याद है जो मुझे बहुत टाइम बाद समझ आया। अच्छा। तो मुझे बोला वो पंजाबी मुझे याद है, मुंडे जिस कुड़ी नू कहंदे ने सोहणी ओहदा कुड़ियां विच वी माण हुंदा है। मुंडे जिस कुड़ी नू कहंदे ने सोहणी ओहदा कुड़ियां विच वी माण हुंदा है, शीशे वेखदी ओह थकदी नहीं ओहनू अपने हुसन ते माण हुंदा है। ओह तू की जाने आशका दे दिल विच की शैतान हुंदा है, ओह तां पैड़ी नू वी पैड़ी नू कहंदे ने सोहणी ते सोहणी नू किस गल दा माण हुंदा। मुझे लगा पता नहीं पंजाबी में मुझे क्या बोल गया, और बाद में मैंने अपने एक पंजाबी फ्रेंड से पूछा तो मुझे लगा कि वो मुझे उल्टा ही बोल गया। नहीं मैं तो खुशी बहुत होंगी सी भी आज उसने फिर बोला, आज उसने फिर बोला, ये तो 10 महीने बाद पता लग गया भी वो तो रोज बोलता भी। और थैंक यू आप आया कीजिए। थैंक यू सो मच, अभी आया करेंगे जी, कोई चक्कर नहीं, बहुत बढ़िया। गॉड ब्लेस यू जी, गॉड ब्लेस यू, गॉड ब्लेस यू। सत श्री अकाल जी। सत श्री अकाल जी। ਤੁਸੀਂ ਕੀ ਪੜ੍ਹਾਉਂਦੇ ਹੋ ਜੀ? ਕੰਪਿਊਟਰ ਸਾਇੰਸ। ਕੰਪਿਊਟਰ ਸਾਇੰਸ। ਤੁਹਾਡਾ ਕੀ ਨਾਮ ਜੀ? ਸ਼ੁਭ ਨਾਮ? ਤ੍ਰਿਸ਼ਾ ਬਟੇਜਾ। ਤ੍ਰਿਸ਼ਾ ਬਟੇਜਾ, ਤੁਸੀਂ ਵੀ ਰਾਜਪੁਰੇ ਤੋਂ ਹੀ? ਹਾਂਜੀ, ਰਾਜਪੁਰੇ ਤੋਂ ਹੀ ਤੇ ਰਾਜਪੁਰੇ ਤੋਂ ਹੀ। ਯਾ ਇੱਥੇ ਵੀ ਆਈ ਆ। ਇੱਥੇ ਵੀ ਆਈ ਆ? ਹਾਂਜੀ, ਇੱਥੋਂ ਦੀ ਹੈਗੇ। ਇੱਥੋਂ ਦੀ ਬਿਲੋਂਗ ਕਰਦੇ ਹਾਂ। ਬਿਊਟੀ ਵਾਲੀ ਗੱਲ ਹੈ ਨਹੀਂ? ਹਾਂਜੀ। ਬਹੁਤ ਵਧੀਆ ਜੀ, ਬਹੁਤ ਵਧੀਆ। ਕਹਿੰਦੇ ਡੈਡੀ ਅਸੀਂ ਵੀ ਰਾਜਪੁਰੇ ਜੰਮੇ ਹੁੰਦੇ। ਬਹੁਤ ਵਧੀਆ ਜੀ। ਤੇ ਕੀ ਸ਼ੌਂਕ ਹੈ ਤੁਹਾਡੇ? ਸ਼ੌਂਕ ਪੇਂਟਿੰਗ ਡਰਾਇੰਗ। ਅੱਛਾ ਜੀ। ਹਾਂ, ਕ੍ਰੀਏਟਿਵ ਹੋ ਥੋੜੀ ਸੀ। ਤੁਹਾਡੇ ਸ਼ੌਂਕ ਪੇਂਟਿੰਗ ਉਹ ਇੱਧਰ ਨਹੀਂ ਗਾਣ ਬਜਾਣ ਵਾਲਾ, ਬਸ ਕੋਈ ਗੀਤ, ਕੋਈ ਸ਼ਾਇਰ ਹੋਈ ਸ਼ਾਇਰੀ? ਹਾਂ ਠੀਕ ਹੈ, ਪਰ ਬਹੁਤ ਜ਼ਿਆਦਾ ਨਹੀਂ। ਹਾਂਜੀ, ਅੱਜ ਜੋਗੀ ਤਾਂ ਹੈਗੀ ਹੈ ਨਾ ਜੀ। ਹੀਰ ਹੀਰ ਨਾ ਖੋਣੇ ਮੈਂ ਤੇ ਸਾਹੀ ਬਾਹੋਈ ਢੋਲੀ ਲੈ ਕੇ ਆਵੇ ਲੈ ਜਾਵੇ, ਕੁੜੀ ਲੈ ਕੇ ਆਵੇ ਲੈ ਜਾਵੇ, ਉਹ ਮੈਨੂੰ ਲੈ ਜਾਵੇ ਮਿਰਜ਼ਾ ਕੋਈ, ਲੈ ਜਾਵੇ ਮਿਰਜ਼ਾ ਕੋਈ। ਥੈਂਕ ਯੂ। ਬਹੁਤ ਵਧੀਆ ਜੀ, ਬਹੁਤ ਵਧੀਆ, ਬਹੁਤ ਵਧੀਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਆ ਰਿਹਾ ਪਸੀਨਾ? ਬਿਲਕੁਲ ਆ ਰਿਹਾ। ਹਾਂਜੀ ਹਾਂਜੀ ਹਾਂਜੀ, ਮੇਰੇ ਜਦੋਂ ਨਾਲ ਖੜੇ ਹੋਣੇ ਵਿੱਚ ਪਸੀਨਾ ਤਾਂ ਆਉਣਾ ਹੀ ਆਉਣਾ ਨਹੀਂ ਕਰਦਾ। ਲਾਜ਼ਮੀ ਹੈ ਜੀ। ਤੁਸੀਂ ਕਿੱਥੋਂ ਜੀ? ਰਾਜਪੁਰਾ। ਤੁਸੀਂ ਜੀ? ਪਟਿਆਲਾ। ਚਲੋ ਸ਼ੁਕਰ ਹੈ। ਉਹ ਬਾਈ ਵਧਾਈਆਂ ਜੀ ਤੁਹਾਨੂੰ, ਸ਼ੁਕਰ ਹੈ ਬਰਾਤ ਗਈ ਤੁਹਾਡੀ ਕਿਤੇ 40 ਕਿਲੋਮੀਟਰ 20 ਕਿਲੋਮੀਟਰ ਗਈ। ਨਹੀਂ ਐਕਚੁਅਲੀ ਬਰਾਤ ਤਾਂ ਲੋਕਲੀ ਸੀ, ਇਹ ਆਏ ਸੀਗੇ ਸਾਡੇ ਕੋਲੋਂ। ਅੱਛਾ ਅੱਛਾ ਅੱਛਾ, ਇੱਦਾਂ ਜੀ। ਵਿਆਹਣ ਆਈ ਸੀ, ਲੈਣ ਆਈ ਸੀਗੀ ਮੈਂ। ਅੱਛਾ ਜੀ, ਘੋੜੀ ਚੜ੍ਹ ਕੇ ਆਈ ਸੀ ਮੈਂ। ਅੱਛਾ ਜੀ, ਚਲੋ ਵਧੀਆ ਜੀ ਇਤਿਹਾਸ ਆ ਨਾ, ਮੁੰਡਾ ਦੀ ਘੋੜੀ ਚੜ੍ਹੇ ਚੱਲੇ ਜੀ, ਹੈ ਨਾ, ਇਹਨੂੰ ਵੀ ਚੜ੍ਹ ਜੀਗਾ ਜੀ। ਨਹੀਂ ਜੀ ਝੂਠ ਬੋਲ ਰਹੀ, ਇੱਦਾਂ ਨਹੀਂ ਹੋਇਆ ਸੀ। ਅੱਛਾ ਜੀ, ਕਿੱਦਾਂ ਚੱਲ ਰਹੀ ਜੀ ਲਾਈਫ? ਬਹੁਤ ਵਧੀਆ। ਮੈਨੂੰ ਸਮਝ ਨਹੀਂ ਆਉਂਦੀ, ਪੁੱਛਾਂ ਕਿਹਨੂੰ? ਖੁਸ਼ੀ ਦੋਨਾਂ ਨੂੰ, ਇਹਨਾਂ ਨੂੰ ਪੁੱਛ ਲਓ ਮੈਂ ਤਾਂ ਕਿਹਾ ਝੂਠ ਬੋਲਦਾ। ਅੱਛਾ ਅੱਛਾ, ਕਿੱਦਾਂ ਵਧੀਆ ਜੀ ਮੁੰਡਾ? ਬਹੁਤ ਅੱਛਾ। ਨੱਖਾ ਜੀ? ਹਾਂਜੀ, ਦੇਖੋ ਦਿਖ ਰਹੇ ਆ। ਇਹ ਜਿੰਨੀ ਹੁਣ ਸਮਾਈਲ ਹੈ ਜੀ ਇਹਨਾਂ ਦੇ ਚਿਹਰੇ ਦੇਖੋ, ਧਿਆਨ ਦੇਖੋ ਤੁਸੀਂ, ਘਰੇ ਵੀ ਇੰਨੀ ਹੁੰਦੀ ਜੀ? ਹਾਂਜੀ ਹਾਂਜੀ, 24 hours ਬਈ ਪ੍ਰਾਊਡ ਮਾਣ ਜੀ। ਹਾਂ ਹਾਂ। ਕਿਹੜੀਆਂ ਕਿਹੜੀਆਂ ਐਸੀਆਂ ਖੂਬੀਆਂ ਵੀ ਤੁਹਾਨੂੰ ਆਪਣੇ ਸਰਦਾਰ ਸਾਹਿਬ ਦੇ ਉੱਤੇ ਮਾਣ? ਇੱਕ ਤਾਂ ਕੇਅਰਿੰਗ ਬਹੁਤ ਹੈ। ਐ ਕਰੋ ਮਾੜਾ ਜਿਹਾ। ਹਾਂਜੀ, ਦੂਜੀ ਜੀ? ਇੱਕ ਸੌਫਟ ਸਪੋਕਨ ਹੈ। ਓਏ ਹਾਂ, ਸੌਫਟ ਸਪੋਕਨ। ਡਾਂਟਦੇ ਆ ਨਾ, ਫੇਰ ਵੀ ਲੱਗਦਾ ਨਹੀਂ ਡਾਂਟ ਰਹੇ। ਅੱਛਾ 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 ਅੱਛਾ, ਪੁੱਛਦੇ ਆ ਡਾਂਟ ਰਹੇ ਸੀ? ਅਗਲੇ ਦਾ ਡਾਂਟ ਡੂੰਟ ਕੇ ਕੰਮ ਖਤਮ ਹੋਇਆ, ਡਾਂਟ ਰਹੇ ਓ ਦੁਬਾਰਾ ਡਾਂਟੋ। ਅੱਛਾ ਜੀ, ਚੌਥੀ ਜੀ? ਬਸ ਬਹੁਤ ਹੈ ਦੋ। ਅੱਛਾ, ਇੰਨੇ ਹੀ ਬਹੁਤ ਹੈ ਤੁਹਾਡੇ? ਤੁਸੀਂ ਤੁਹਾਨੂੰ ਕੀ ਲੱਗਦਾ ਕਿਹੜੀ ਕਿਹੜੀ ਕੁਆਲਿਟੀਜ਼ ਇੱਧਰ? ਇਹ ਵੀ ਕੇਅਰਿੰਗ ਬਹੁਤ ਹੈ। ਅੱਛਾ ਜੀ, ਚਲੋ ਉਹ ਰਟਿਆ ਰਟਾਇਆ ਨਹੀਂ ਬੋਲਣਾ। ਹਾਂਜੀ, ਚਲੋ ਕੇਅਰਿੰਗ ਠੀਕ ਹੈ ਜੀ। ਅੰਡਰਸਟੈਂਡਿੰਗ ਬਹੁਤ ਹੈ। ਅੱਛਾ ਜੀ,
ਬਾਕੀ ਸੋਚਣਾ ਪੈ ਰਿਹਾ। ਅੱਛਾ ਤੇ ਤੁਹਾਡੀ ਅਰੇਂਜ ਮੈਰਿਜ ਸੀਗੀ ਜੀ? ਜੀ ਅਰੇਂਜ ਮੈਰਿਜ ਸੀਗੀ। ਅੱਛਾ ਜੀ, ਬਾਅਦ ਚ ਲਵ ਹੋਇਆ? ਅੱਛਾ, ਉਹ ਤਾਂ ਹੋਣਾ ਹੀ ਹੈ ਜੀ, ਫਿਰ ਮਜਬੂਰੀ ਹੈ। ਮਜਬੂਰੀ ਹੈ ਜੀ, ਵਿਚਾਰਾ ਨਹੀਂ ਹੈ, ਕੋਈ ਚਾਰਾ ਨਹੀਂ ਜੀ। ਹੁਣ ਇਹ ਥੋੜੀ ਵੀ ਘਰ ਅਰੇਂਜ ਮੈਰਿਜ ਕਰਾ ਕੇ ਬਾਹਰ ਲਵ ਕਰੋਗੇ ਜੀ? ਗੀਤ ਗਾਓ ਜੀ, ਗੀਤ ਸੁਣਾਓ ਕੋਈ, ਤੁਸੀਂ ਦੋਵੇਂ ਇਕੱਠੇ ਗੀਤ, ਕੋਈ ਆਉਂਦਾ ਜੀ ਜਿਹੜੇ ਤੁਸੀਂ ਦੋਵੇਂ ਗਾਉਂਦੇ ਹੋ? ਬਿਲਕੁਲ ਬਿਲਕੁਲ, ਕਿਉਂਕਿ ਤੁਮ ਹੀ ਹੋ ਅਬ ਤੁਮ ਹੀ ਹੋ ਜ਼ਿੰਦਗੀ, ਅਬ ਤੁਮ ਹੀ ਹੋ ਚੈਨ ਵੀ ਮੇਰਾ ਦਰਦ ਵੀ ਮੇਰੀ ਆਸ਼ਿਕੀ, ਅਬ ਤੁਮ ਹੀ ਹੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਤੁਹਾਡਾ? ਮੈਂ ਸੁਰੇਸ਼ ਨਾਇਕ। ਓਕੇ ਜੀ, ਅਤੇ ਤੁਹਾਡਾ ਸਬਜੈਕਟ ਕਿਹੜਾ ਜੀ? ਹਿੰਦੀ ਹੈ ਮੇਰਾ ਸਬਜੈਕਟ। ਹਿੰਦੀ ਜੀ, ਤੁਹਾਡੇ ਸ਼ੌਂਕ ਜੀ? ਮੈਂ ਸਿੰਗਿੰਗ ਕਰਦਾ, ਰਾਈਟਿੰਗ ਮੇਰਾ ਸ਼ੌਂਕ ਹੈਗਾ। ਅੱਛਾ ਜੀ, ਅਤੇ ਟੀਚਿੰਗ ਮੇਰਾ ਸ਼ੌਂਕ ਹੈ, ਪ੍ਰੋਫੈਸ਼ਨ ਘੱਟ ਹੈ, ਸ਼ੌਂਕ ਜ਼ਿਆਦਾ। ਸ਼ੌਂਕ ਹੈ ਜੀ, ਆਪਣੀ ਕਲਮ 'ਚੋਂ ਲਿਖਿਆ ਹੋਇਆ ਕੁਛ ਵੀ ਵਧੀਆ ਜੋ ਤੁਹਾਨੂੰ ਫੇਵਰੇਟ ਹੋਵੇ ਤੁਹਾਡਾ? ਦਰਦ ਜੋ ਤੁਮਨੇ ਕਭੀ ਉਨਕਾ ਸੁਨਾ ਹੋਤਾ। ਦਰਦ ਜੋ ਤੁਮਨੇ ਕਭੀ ਉਨਕਾ ਸੁਨਾ ਹੋਤਾ, ਜੀਵਨ ਇਹ ਸੁਖ ਕਾ ਮਧੂਬਨ ਬਣਾ ਹੋਤਾ। ਗੈਰ ਕੇ ਗਮ ਮੇ ਦੋ ਆਂਸੂ ਗਿਰਾਏ ਹੋਤੇ, ਗੈਰ ਕੇ ਗਮ ਮੇ ਦੋ ਆਂਸੂ ਗਿਰਾਏ ਹੋਤੇ, ਬਾਦਲ ਉਦਾਸੀਓਂ ਕਾ ਨਾ ਫਿਰ ਯੂੰ ਘਨਾ ਹੋਤਾ, ਬਾਦਲ ਉਦਾਸੀਓਂ ਕਾ ਨਾ ਫਿਰ ਯੂੰ ਘਨਾ। ਤੁਹਾਡਾ ਨਾਮ ਜੀ? ਰਾਜਵਿੰਦਰ ਕੌਰ। ਰਾਜਵਿੰਦਰ ਕੌਰ, ਤੇ ਤੁਸੀਂ ਕੀ ਪੜ੍ਹਾਉਂਦੇ ਜੀ ਇੱਥੇ? ਪੰਜਾਬੀ। ਪੰਜਾਬੀ ਜੀ, ਤੁਹਾਨੂੰ ਫੋਕ ਤਾਂ ਹੈਗਾ ਜੀ ਸ਼ੌਂਕ, ਗੀਤ ਕੋਈ ਟੱਪੇ ਕੋਈ ਬੋਲੀ ਸੁਣਾਓ ਜੀ। ਰਲ ਸੰਗ ਕਾਫਲੇ ਦੇ ਛੇਤੀ ਬੰਨ ਬਿਸਤਰਾ, ਕਾਫਰ ਕਈ ਪੈਲ ਹੀ ਡਾਕ ਚੜੇ, ਬਾਕੀ ਟਿਕਟਾਂ ਲੈਣ ਮੁਸਾਫਰ, ਹੈ ਸਿਗਨਲ ਹੋਇਆ, ਹੈ ਸਿਗਨਲ ਹੋਇਆ, ਗਾਰਡ ਬਿਸਲਾਂ ਪਿਆ ਬਜਾਵੇ, ਜੱਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ, ਜੱਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ। ਥੈਂਕ ਯੂ। ਸਤਿ ਸ਼੍ਰੀ ਅਕਾਲ ਸਰ। ਤੁਹਾਡਾ ਕੀ ਨਾਮ ਜੀ? ਕੌਨਿਕਾ। ਕੌਨਿਕਾ, ਤੁਸੀਂ ਕੀ ਪੜ੍ਹਾਉਂਦੇ ਜੀ ਇੱਥੇ? ਮੈਂ ਕਮਰਸ, ਅਕਾਊਂਟਸ ਪੜ੍ਹਾਉਂਦੀ ਹਾਂ ਸਰ। ਅਕਾਊਂਟਸ, ਮੈਂ ਹੈਗਾ ਜੀ ਨੋਟੀ ਜਵਾਕ, ਤੁਸੀਂ ਪੜ੍ਹਾਉਣਾ ਜੀ ਮੈਨੂੰ? ਠੀਕ ਹੈ। ਟੀਚਰ ਕਿੰਨੇ ਖੁਸ਼ ਆ ਵੀ ਤੂੰ ਆ ਜਾ, ਪੁੱਛ ਤਾਂ ਲੈ ਬੱਚੇ ਨੂੰ ਪਹਿਲੇ ਚਾਹੁੰਦੇ ਵੀ ਆ ਜਾ। ਮੇਰੀ ਕਮਨ ਮੈਮ? ਕਮਨ ਬੱਚੇ। ਹਾਂਜੀ ਮੈਡਮ ਜੀ। ਕਿੱਦਾਂ ਬੱਚੇ? ਅੱਜ ਤੱਕ ਤਾਂ ਆਏ ਨੀ, ਅੱਜ ਕਿੱਥੇ ਮੁੱਕੜਾ ਦਿਖਾ ਦੇ ਕਲਾਸ 'ਚ ਆ ਕੇ? ਮੁੱਕੜਾ ਗੱਲ ਤਾਂ ਅੱਗੇ ਜਿਹੜੇ ਤੁਸੀਂ ਸੂਟ ਸਾੜਾ ਪਾਉਣੇ ਉਹ ਫੱਪ ਦੇਣੀ ਹੈ, ਜੇ ਲਾਲ ਸੂਟ ਬਹੁਤ ਚੰਗਾ। ਗੱਲਾਂ ਬਣਾਉਣਾ ਬਹੁਤ ਆਉਂਦੀਆਂ ਤੁਹਾਨੂੰ ਹੈਂਜੀ? ਜਿਹੜੇ ਬੱਚੇ ਪੜ੍ਹਦੇ ਨਹੀਂ ਹੈਗੇ ਉਹਨਾਂ ਨੂੰ ਗੱਲਾਂ ਬਣਾਉਣੀਆਂ ਬਹੁਤ ਆਉਂਦੀਆਂ। ਹਾਂਜੀ, ਮੈਂ ਕਹਿੰਦਾ ਜੀ ਗੱਲਾਂ ਵੱਲ ਹੁਣ ਮੈਂ ਥੋੜ੍ਹਾ ਜਿਹਾ ਘੱਟ ਦੇਵਾਂ ਜੀ, ਹੁਣ ਪੜ੍ਹਿਆ ਕਰਾਂ ਜੀ ਤੁਹਾਡੇ। ਠੀਕ ਹੈ ਜੀ, ਬਿਲਕੁਲ ਹੈਗੇ ਨੇ ਜੀ। ਹਾਂਜੀ ਜੀ, ਹਾਂਜੀ। ਹਾਂਜੀ, ਨਾਲੇ ਬਸ ਬੇਨਤੀ ਹੋਈ ਹੈ ਜੀ ਵੀ ਲਾਲ ਸੂਟ 3-4 ਸਵਾਲ ਹੋ ਜੀ, ਉਨੇ ਕੁ ਲੈਕਚਰ ਲਾ ਲਿਆ ਕਰਾਂਗੇ ਨਾ ਜੀ। ਠੀਕ ਹੈ ਜੀ, ਸਵਾਲਾਂਗੇ। ਹਾਂਜੀ ਹਾਂਜੀ, ਤੁਸੀਂ ਪੜ੍ਹਨਾ ਸ਼ੁਰੂ ਕਰ ਦਿਓ, ਸਪਨੇ ਨਹੀਂ ਆਉਣੀ ਚਾਹੀਦੀ, ਮੈਂ 5 ਹੀ ਸਵਾਲ ਆ। ਅੱਛਾ, 4 ਵੀ ਨਹੀਂ? ਅੱਛਾ ਜੀ, 5 ਸੁਣਾ, 5 ਸੁਣਾਓਗੇ ਜੀ? ਹਾਂਜੀ ਹਾਂਜੀ, ਇੱਕ ਫਿਰ ਉਹੀ ਖੁਸ਼ੀ 'ਚ। ਹਾਂਜੀ ਹਾਂਜੀ, ਬਸ ਚਲੋ ਠੀਕ ਹੈ, ਪੜ੍ਹਾਓ ਜੀ ਫਿਰ ਮੈਡਮ, ਅੱਜ ਤਾਂ ਪੜ੍ਹਾਓ। ਯੂ ਪਰਚੇਸਡ ਮਸ਼ੀਨਰੀ ਫੋਰ ਰੁਪੀਸ 5000। 5000? ਹਾਂਜੀ, ਐਡਾ ਨਹੀਂ ਕਦੇ ਦੇਖਿਆ ਮੈਂ। ਕਿਉਂ ਨਹੀਂ ਦੇਖਿਆ? ਬਾਪੂ ਤਾਂ 250 ਦੇ ਕੇ ਤੋੜਦਾ ਮੈਨੂੰ। ਮਸ਼ੀਨਰੀ ਤਾਂ ਸਸਤੀ ਆਉਂਦੀ ਨਹੀਂ, 5000 ਤੋਂ ਘੱਟ ਤਾਂ ਆਉਂਦੀ ਨਹੀਂ। ਅੱਛਾ, ਆਈ ਬੋਟ ਮਸ਼ੀਨਰੀ ਫੋਰ ਰੁਪੀਸ 5000। 5000 ਐਂਟਰੀ ਪਾਸ ਕਰੋ ਹੁਣ। ਤੁਸੀਂ ਮਸ਼ੀਨਰੀ ਗੱਲ ਛੱਡੋ ਜੀ, ਤੁਸੀਂ ਇਹ ਕਹੋ ਵੀ ਤੁਹਾਡੇ ਵਾਸਤੇ 4 ਸੂਟ ਲਏ ਜੀ 2500 ਦੇ, ਉਹਦੀ ਐਂਟਰੀ ਪਾਸ ਕਰਾਓ ਜੀ ਨਾਲੇ। 4 ਸੂਟ ਤਾਂ ਆਣਗੇ ਹੀ ਨਹੀਂ, 2800। ਕਿੰਨੇ ਕਿੰਨੇ ਦੇ ਹੁੰਦੇ ਜੀ? ਇੱਕ ਸੂਟ ਆਉਂਦਾ ਨਾ 2800 ਦਾ। ਚਲੋ 2800 ਨਹੀਂ, 1000 ਰੁਪਏ ਤੋਂ ਘੱਟ ਤਾਂ ਆਉਂਦਾ ਹੀ ਨਹੀਂ। ਚਲੋ 4 ਸੂਟ 4000 ਦੇ ਹੋ ਗਏ ਜੀ। ਆਹੋ 4000 ਦੇ। ਤੁਸੀਂ ਕਹਿੰਦੇ ਸੀ ਵੀ 5ਵਾਂ ਵੀ ਲਊਂਗੀ, 5000 ਦੀ ਹੋ ਗਿਆ, ਉਹਦੀ ਐਂਟਰੀ ਪਾਓ ਜੀ, ਛੇਤੀ ਪੈ ਜੂ ਐਂਟਰੀ, ਮਸ਼ੀਨਰੀ ਦੇਣੀ ਪੈਣੀ। ਐਂਟਰੀ ਹੋਏਗੀ ਡਰਾਇੰਗਸ ਟੂ ਕੈਸ਼, ਡਰਾਇੰਗਸ ਟੂ ਡਰਾਇੰਗਸ ਅਕਾਊਂਟ ਡੈਬਿਟਡ ਟੂ ਕੈਸ਼ ਅਕਾਊਂਟ। ਪੈਸਾ ਗਿਆ, ਸਾਰਾ ਸਮਝ ਆ ਰਿਹਾ, ਸਾਰਾ ਹੀ ਸਮਝ ਆ ਰਿਹਾ। ਜੀ ਸੁਣਾਓਗੇ ਜੀ? ਮੈਨੂੰ ਕੋਲਡ ਹੋਇਆ ਤਾਂ ਮੈਂ ਗਾ ਨਹੀਂ ਸਕਦੀ। ਨਹੀਂ ਕੋਈ ਨਹੀਂ, ਤੁਸੀਂ ਗਰਮ ਗਾਣਾ ਗਾ ਦਿਓ, ਜੇ ਠੰਡਾ ਗੀਤ ਨਹੀਂ ਗਾਉਣਾ। ਇਹਦਾ ਮੇਰੇ ਦਿਮਾਗ 'ਚ ਕੋਈ ਆ ਨਹੀਂ ਰਿਹਾ, ਤੁਸੀਂ ਦਿਖ ਰਹੇ ਹੋ ਨਾ ਤਾਂ ਹੀ ਨਹੀਂ, ਮੈਂ ਕਦੇ ਲੈਕਚਰ ਲਾਇਆ ਸੀ ਮੈਡਮ ਤੜਕ ਜਾਂਦਾ। ਥੈਂਕ ਯੂ ਸੋ ਮਚ ਜੀ, ਗੋਡ ਬਲੈਸ ਯੂ, ਬਾਬਾ ਮਿਹਰ ਕਰੇ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਨਾਮ ਤੁਹਾਡਾ? ਆਸ਼ੀਸ਼ ਗੁਪਤਾ। ਡਾਈਟ ਪਲਾਨ ਕੀ ਹੈ ਜੀ ਆਪਣਾ, ਸੱਚ ਦੱਸੋ। ਬਸ ਜਦੋਂ ਵੀ ਮਿਲੇ ਖਾ ਲਓ, 5 ਵਾਰ ਮਿਲੇ 5 ਵਾਰ ਖਾਓ। ਓ ਸ਼ੁਕਰ ਕਰੋ, ਬਸ ਖਾਓ ਖਾ ਲਓ ਖਾ ਲਓ, ਪਤਾ ਨਹੀਂ ਨਾ ਖਾਣਾ ਪੀਤੇ ਨਾਲ ਜਾਣਾ ਹੈ ਹੋਰ ਕੀ ਹੈਗੇ ਜੀ। ਬਹੁਤ ਵਧੀਆ ਜੀ, ਬਹੁਤ ਵਧੀਆ ਲੱਗੇ ਗੱਲ ਕਰਕੇ, ਥੈਂਕ ਯੂ ਸੋ ਮਚ। ਪੀ.ਐਮ.ਐਨ ਕਾਲਜ ਰਾਜਪੁਰਾ ਦੇ ਵਿੱਚ ਪੂਰੀਆਂ ਰੌਣਕਾਂ ਲੱਗੀਆਂ ਜੀ,
ਤੇ ਇਹੀ ਯਾਦਾਂ ਲੈ ਕੇ ਮੈਂ ਚੱਲਿਆ ਹਜੇ ਜਾਣ ਨੂੰ ਜੀ ਨਹੀਂ ਕਰਦਾ ਪਰ ਜਾਣਾ ਪੈਣਾ ਜੀ ਸਮਾਂ ਇਜਾਜ਼ਤ ਨਹੀਂ ਦਿੰਦਾ ਸੋ ਅਗਲੇ ਹਫਤੇ ਇੱਕ ਹੋਰ ਕਾਲਜ ਦੇ ਵਿੱਚ ਮਿਲਾਂਗੇ ਸ਼ੋਅ ਨੂੰ ਪਿਆਰ ਦਿੰਦੇ ਰਹੋ ਰਵਨੀਤ ਵੱਲੋਂ ਬਾਏ ਬਾਏ ਜੀ ਥੈਂਕਸ ਫੋਰ ਵਾਚਿੰਗ ਕੰਟੀਨਿਊ ਮੰਡੀਰ ਔਰ MH1 ਕੰਟੀਨਿਊ ਮੰਡੀਰ ਦੇ ਇਸ ਯੂਟਿਊਬ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ ਤਾਂ ਕਿ ਅਗਲੇ ਸ਼ੋਅਜ਼ ਦੀ ਜਿਹੜੀ ਨੋਟੀਫਿਕੇਸ਼ਨ ਹੈਗੀ ਹੈ ਉਹ ਤੁਹਾਨੂੰ ਮਿਲਦੀ ਰਹੇ ਥੈਂਕ ਯੂ ਸੋ ਮੱਚ